जस्टिव देख रहे हो तुसी, मैं केपी सिंह टू द पॉइंट तुहाडा स्वागत करदा। खबरें आउंदी है कि चाइना थोड़ा बहुत पिछे हटने तैयार होया। चाइना का विदेश मंत्रालय इस ते एक बयान जारी करता है कि तनाव घट होना चाहिए। सवाल यह उठ पैंदा है कि NSA वालों कोशिशां कीतियां कियां, पर प्रधानमंत्री नरेंद्र मोदी जदों ले जाते हैं उत्थे नीमू पोस्ट जाते हैं, उनकी रणनीति का रंग है जिहड़ा नज़र आ रहा। बहुत सारे सवाल तुहाडे मन विच होणगे। इस तों इलावा सियासत यह हो रही है कि जिहड़ियां स्टैंडिंग कमेटी दीआं बैठकां हुंदियां उहदे विच कांग्रेस वाले जांदे रहे। बहुत सारे सवाल इहो जिहे उठ रहे आ, सियासत इहो जिही वी हो रही आ। पर इहनां सवालां दे विचाले इक सवाल वड्डा जिहड़ा असीं पुछण जा रहे हां, किन्ना लीह ते आया चीन? ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਵਿੱਚ। ਵੱਡਾ ਸਵਾਲ ਇਹ ਪੁੱਛਾਂਗੇ, ਨੀਮੂ ਪੋਸਟ 'ਤੇ ਜਾ ਕੇ ਆਏ ਮੋਦੀ ਦੀ ਕਿਹੜੀ ਭਾਸ਼ਾ ਸ਼ੀ ਜਿਨਪਿੰਗ ਨੂੰ 4 ਦਿਨ ਬਾਅਦ ਸਮਝ ਆਈ? ਇਹ 4 ਦਿਨ ਵਾਲੀ ਕਹਾਣੀ ਸਮਝਣੀ ਜ਼ਰੂਰੀ ਹੈਗੀ ਹੈ। ਇਸੇ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ ਫਟਾਫਟ। ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ, ਅਤੇ ਇਹ ਉਸੇ ਖੇਤਰ ਦੀ ਘਟਨਾ ਹੈਗੀ ਹੈ ਜਿੱਥੇ ਇਹ ਪੂਰਬੀ ਲੱਦਾਖ ਦੇ ਵਿੱਚ ਜਾ ਕੇ ਵੀ ਆਏ ਹੋਏ ਆ। ਵਿਕਰਮਜੀਤ ਸਿੰਘ ਸਰ, ਤੁਹਾਡਾ ਬਹੁਤ ਸਵਾਗਤ ਹੈ। ਸੀਨੀਅਰ ਜਰਨਲਿਸਟ ਹੈ, ਮਲਵਿੰਦਰ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਇਹਨਾਂ ਦੀ ਸਰਕਾਰ 'ਤੇ ਵਾਰ ਵਾਰ ਸਵਾਲ ਉੱਠਦੇ ਆ, ਇਸ ਕਰਕੇ ਉਹਨਾਂ ਨੂੰ ਸੱਦਿਆ। ਕੰਗ ਸਾਹਿਬ ਸਰ, ਤੁਹਾਡਾ ਵੀ ਬਹੁਤ ਸਵਾਗਤ ਹੈ। ਨਵਾਂ ਅਹੁਦਾ ਮਿਲਿਆ ਇਹਨਾਂ ਨੂੰ ਪੰਜਾਬ BJP ਦੇ ਵਿੱਚ, ਉਸ ਦੀਆਂ ਇੱਕ ਵਾਰ ਫਿਰ ਮੁਬਾਰਕਾਂ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬਹੁਤ ਹੀ ਸੀਨੀਅਰ ਬੁਲਾਰੇ ਨੇ, ਅਤੇ ਕਿੰਗਰਾ ਸਾਹਿਬ ਨੂੰ ਸਾਰੀ ਸਮਝ ਹੈਗੀ ਹੈ, ਅਤੇ ਸਰਕਾਰਾਂ ਦੇ ਨਾਲ ਮੰਤਰੀਆਂ ਦਾ ਇਹਨਾਂ ਨੇ ਕੰਮ ਵੀ ਕੀਤਾ ਹੋਇਆ, ਅਤੇ ਜੋ ਮਿਨਿਸਟਰੀ ਦੇ ਕੰਮਾਂ ਦੀ ਗੱਲ ਹੁੰਦੀ ਹੈ ਅਤੇ ਫਿਰ ਕਾਂਗਰਸ ਦੀ ਜਦੋਂ ਰਾਏ ਜਾਣੀ ਹੁੰਦੀ, ਫਿਰ ਕਿੰਗਰਾ ਸਾਹਿਬ ਨੂੰ ਸੱਦਣਾ ਪੈਂਦਾ। ਕਿੰਗਰਾ ਸਾਹਿਬ ਸਰ, ਤੁਹਾਡਾ ਵੀ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਵਿਕਰਮ ਜੀ ਤੁਹਾਨੂੰ ਕਰਨਾ ਚਾਹੁੰਗਾ। ਵਿਕਰਮ ਜੀ, ਮੈਂ ਸਿਆਸਤ ਤੋਂ ਨਹੀਂ ਸ਼ੁਰੂ ਕਰਨਾ ਚਾਹੁੰਦਾ, ਮੈਂ ਇਸ ਤੋਂ ਸ਼ੁਰੂ ਕਰਨਾ ਚਾਹੁੰਦਾ ਕਿ ਕਿੰਨੇ ਪੁਆਇੰਟ ਜਾਂ ਕਿਹੜੇ ਪੁਆਇੰਟ ਤੋਂ ਚਾਈਨਾ ਦੀ ਫੌਜ ਜਾਂ ਇਹ ਕਹਿ ਲਓ PLA ਉਹ ਪਿੱਛੇ ਹਟਣ ਨੂੰ ਤਿਆਰ ਹੋਈ ਹੈ? ਉਹਨਾਂ ਨੇ ਕੋਈ ਟੈਂਟ ਪੱਟਿਆ ਉੱਥੋਂ, ਕੋਈ ਬਖਤਰਬੰਦ ਗੱਡੀ ਉਹਨਾਂ ਦੀ ਪਾਸੇ ਹੋਈ ਹੈ, ਜਾਂ ਸਿਰਫ ਹਜੇ ਸਹਿਮਤੀ ਬਣੀ ਹੈ? ਵਿਕਰਮ ਜੀ ਪਹਿਲਾਂ ਪਿਕਚਰ ਕਲੀਅਰ ਕਰ ਦਿਓ, ਉਸ ਬਾਅਦ ਡਿਬੇਟ ਅੱਗੇ ਵਧਾਊਂਗਾ ਮੈਂ। ਨਹੀਂ, ਆਈ ਥਿੰਕ KP ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਹੈ, ਕਿਉਂਕਿ ਜਿਹੜੀ ਦੋਨੋਂ ਸਟੇਟਮੈਂਟਸ ਗਵਰਨਮੈਂਟ ਆਫ ਇੰਡੀਆ ਔਰ ਚਾਈਨਾ ਦੀ ਫੋਰਨ ਮਿਨਿਸਟਰੀ ਦੀ ਆਈਆਂ ਨੇ, ਦੇ ਆਰ ਕੁਆਇਟ ਬੋਥ ਆਰ ਪੋਜ਼ਿਟਿਵ। ਸੋ ਆਈ ਥਿੰਕ ਵੀ ਸ਼ੁੱਡ ਸੀ ਇਟ ਐਜ਼ ਅ ਪੋਜ਼ਿਟਿਵ ਡਿਵੈਲਪਮੈਂਟ, ਬਟ ਸਾਨੂੰ ਕੌਸ਼ਨ ਪੂਰਾ ਰੱਖਣਾ ਬਿਕੋਜ਼ ਵੀ ਕੈਨੋਟ ਟਰਸਟ ਕਿ ਚਾਈਨੀਜ਼ ਅੱਗੇ ਕੀ ਕਰਨਗੇ। ਤੁਹਾਨੂੰ ਯਾਦ ਹੋਏਗਾ ਕਿ June 15 ਨੂੰ ਜਦ ਗਲਵਾਨ ਵਿੱਚ ਬਹੁਤ ਵੱਡਾ ਹਮਲਾ ਹੋਇਆ ਸੀਗਾ ਔਰ ਸਾਡੇ ਜਵਾਨ ਵੀ ਸ਼ਹੀਦ ਹੋਏ ਸੀਗੇ, ਉਸ ਤੋਂ 2-3 ਦਿਨ ਪਹਿਲਾਂ ਹੀ ਸਾਡੇ ਇੰਡੀਅਨ ਆਰਮੀ ਦੇ ਚੀਫ ਨੇ ਕਿਹਾ ਸੀਗਾ ਕਿ ਅਸੀਂ ਹੁਣ ਉਸ ਡਿਸਇੰਗੇਜ ਕਰਾਂਗੇ ਗਲਵਾਨ ਤੋਂ, ਅਸੀਂ ਹਟ ਜਾਵਾਂਗੇ, ਔਰ 3 ਦਿਨ ਬਾਅਦ ਹੀ ਚਾਈਨਾ ਨੇ ਹਮਲਾ ਕਰਤਾ ਸੀਗਾ। ਸੋ ਵੀ ਹੈਵ ਟੂ ਕੀਪ ਦੈਟ ਇਨ ਮਾਈਂਡ। ਤੁਹਾਨੂੰ ਇਹ ਵੀ ਯਾਦ ਹੋਏਗਾ ਕਿ 1962 ਜੁਲਾਈ ਵਿੱਚ ਚਾਈਨਾ ਗਲਵਾਨ ਤੋਂ ਵਿਡਰਾਅ ਕਰ ਗਈ ਸੀਗੀ, ਔਰ ਅਸੀਂ ਬੜੇ ਖੁਸ਼ ਸੀ ਕਿ ਚਾਈਨਾ ਸਾਡੇ ਤੋਂ ਕਾਇੰਡ ਆਫ ਡਰ ਕੇ ਪਿੱਛੇ ਹਟ ਗਈ ਹੈ। ਲੇਕਿਨ ਠੀਕ 3 ਮਹੀਨਿਆਂ ਬਾਅਦ ਚਾਈਨਾ ਨੇ ਬਹੁਤ ਵੱਡਾ ਹਮਲਾ ਕਰਤਾ ਸੀਗਾ ਔਰ 1962 ਵਾਰ ਸ਼ੁਰੂ ਹੋ ਗਈ ਸੀ। ਨਾ ਗਲਵਾਨ ਜਿੱਥੇ ਬਹੁਤ ਸੈਂਸਿਟਿਵ ਏਰੀਆ ਹੈਗਾ, ਉੱਥੇ ਚਾਈਨੀਜ਼ ਦੀ ਕੁਛ ਨਾ ਕੁਛ ਵਿਡਰਾਅਲ ਸ਼ੁਰੂ ਹੋਈਆਂ ਨੇ ਬਿਕੋਜ਼ ਇਹ ਟੌਪ ਲੈਵਲ ਗਵਰਨਮੈਂਟ ਦੇ ਬੰਦੇ। ਵਿਕਰਮਜੀਤ, ਤੁਸੀਂ ਆਪਣੀ ਗੱਲ ਵੀ ਰੱਖ ਲਓ ਜਿਸ ਤਰੀਕੇ ਨਾਲ ਤੁਸੀਂ ਰੱਖ ਰਹੇ ਹੋ। PP-14, PP-15, PP-17, ਫਿੰਗਰ 4, ਫਿੰਗਰ 8, ਮੈਨੂੰ ਥੋੜ੍ਹੀ ਜਿਹੀ ਸਥਿਤੀ ਸਮਝਾ ਦਿਓ, ਚਾਈਨਾ ਦੀ ਫੌਜ PLA ਕਿੱਥੋਂ ਹਟਣ ਨੂੰ ਤਿਆਰ ਹੈ? ਦੇਖੋ, PP-14 ਜਿਹੜਾ ਹੈਗਾ ਉਹ ਸਾਡੀ ਗੈਲਵਾਨ ਵੈਲੀ ਵਿੱਚ ਸਾਡੀ ਜਿਹੜੇ ਲਾਈਨ ਆਫ ਐਕਚੁਅਲ ਕੰਟਰੋਲ ਅਸੀਂ ਮੰਨਦੇ ਹਾਂ ਉੱਥੇ ਹੈਗਾ, ਵਿੱਚ ਚਾਈਨਾ ਹੈਜ਼ ਆਕਿਊਪਾਈਡ ਟਿਲ ਨਾਓ, ਉਹ ਹੁਣ ਤੱਕ ਅੰਦਰ ਬੈਠੇ ਹੋਏ ਨੇ। ਸੋ ਉਹ ਕਹਿ ਰਹੇ ਨੇ ਕਿ ਹੁਣ ਅਸੀਂ ਉੱਥੋਂ ਹਟ ਕੇ ਲਾਈਨ ਆਫ ਐਕਚੁਅਲ ਕੰਟਰੋਲ ਤੋਂ ਕੋਈ 1.5 ਕਿਲੋਮੀਟਰ ਪਿੱਛੇ ਜਾਵਾਂਗੇ ਵਿਡਰਾਅ ਕਰਨ ਜੀ। PP-15 ਜਿਹੜਾ ਹੈਗਾ ਉਹ ਸਾਊਥ ਆਫ ਗੈਲਵਾਨ ਹੈਗਾ, ਜਿੱਥੇ ਤੁਹਾਡਾ ਏਰੀਆ ਹੌਟ ਸਪ੍ਰਿੰਗਸ ਔਰ ਗੋਗਰਾ ਆਉਂਦੀ ਹੈ, ਠੀਕ ਹੈ, ਜਿੱਥੇ ਚਾਈਨਾ ਅਗੇਨ ਉੱਥੇ ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਸੀ। PP-17 ਵੀ ਉੱਥੇ ਹੌਟ ਸਪ੍ਰਿੰਗਸ ਗੋਗਰਾ ਏਰੀਆ ਵਿੱਚ ਔਨ ਦੀ LSE ਹੈਗਾ, ਠੀਕ ਹੈ। ਪੈਂਗੋਂਗ ਫਿੰਗਰ 4 ਤੱਕ ਜਿੱਥੇ ਚਾਈਨਾ ਨੇ ਆ ਕੇ ਆਕਿਊਪਾਈ ਕਰ ਲਿਆ ਸੀ ਔਰ ਉਹਨਾਂ ਨੇ ਉੱਥੇ 300 ਦੇ ਕੋਲ ਪੋਜੀਸ਼ਨ ਬਣਾਈਆਂ ਨੇ, ਉਹਦੇ ਵਿੱਚ ਉਹਨਾਂ ਨੇ ਕੁਛ ਪੋਜੀਸ਼ਨ ਨੂੰ ਡਾਇਲਿਊਟ ਕੀਤਾ ਹੈਗਾ, ਕੁਛ ਪੋਜੀਸ਼ਨ ਨੂੰ, ਬਟ ਉੱਥੇ ਬਹੁਤ ਘੱਟ ਹੈਗਾ ਜਿਹੜੀ ਮੂਵਮੈਂਟ ਹੈ ਨਾ ਪੈਂਗੋਂਗ ਵਿੱਚ। ਫਿੰਗਰ 4 ਤੱਕ ਜਿੱਥੇ ਬੈਠੇ ਨੇ ਉੱਥੇ ਚਾਈਨੀਜ਼ ਡਿਸਇੰਗੇਜਮੈਂਟ ਬੜੀ ਮਾਰਜਨਲ ਹੈਗੀ ਆ। ਨਾਓ KP, ਦ ਮੋਰ ਇੰਪੋਰਟੈਂਟ ਥਿੰਗ ਆਲਸੋ ਇਜ਼
ਕਿ ਜਿਹੜੀ ਚਾਈਨਾ ਦੀ ਬੜੀ ਹੈਵੀ ਸਟਰੈਂਥ ਡੈਪਸਾਂਗ ਪਲੇਨਸ, ਜਿਹੜੇ ਡੈਪਸਾਂਗ ਪਲੇਨਸ ਨੇ ਆਪੋਜ਼ਿਟ ਦੌਲਤ ਬੇਗ ਓਲਡੀ ਸੈਕਟਰ ਜਿਹੜਾ, ਉੱਥੇ ਉਹ ਬੈਠੇ ਹੋਏ ਨੇ, ਉੱਥੋਂ ਡਿਸਇੰਗੇਜਮੈਂਟ ਨਹੀਂ ਸ਼ੁਰੂ ਹੋਈ, ਰਾਈਟ? ਸੋ ਉੱਥੇ ਪੂਰਾ ਸੈਕਟਰ ਟੈਂਸ਼ਨ ਹੈਗੀ ਹੈ, ਪੈਂਗੋਂਗ ਵਿੱਚ ਬੜੀ ਘੱਟ ਹੈਗੀ ਹੈ। ਬਟ ਇਹ ਕਹਿ ਕੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ 2017 ਡੋਕਲਮ ਵਿੱਚ ਵੀ ਇਹ ਲੱਗ ਰਿਹਾ ਸੀਗਾ ਕਿ ਅਸੀਂ ਹੁਣ ਯੁੱਧ ਦੇ ਕੋਲ ਜਾ ਰਹੇ ਹੈਗੇ ਹਾਂ, ਬਟ ਉਹ ਵੀ ਪੀਸਫੁਲੀ ਰਿਜ਼ੋਲਵ ਹੋ ਗਿਆ ਸੀਗਾ। ਸੋ ਆਈ ਥਿੰਕ ਵੀ ਸ਼ੁੱਡ ਬੀ ਕੌਸ਼ੀਅਸਲੀ ਪੋਜ਼ਿਟਿਵ ਐਂਡ ਆਪਟੋਮਿਸਟਿਕ, ਯੈਟ ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਚਾਈਨਾ ਕਦੀ ਵੀ ਧੋਖਾ ਦੇ ਸਕਦਾ, ਔਰ ਸਾਨੂੰ ਦੇਖਣਾ ਪਏਗਾ ਇੰਚ ਬਾਈ ਇੰਚ ਕਿ ਇਹ ਕਿੱਥੇ ਤੱਕ ਵਿਦਡਰਾ ਕਰ ਰਹੇ ਨੇ। ਇੱਕ ਮੈਂ ਆਈ ਜਸਟ ਐਡ ਵਨ ਵੈਰੀ ਇੰਪੋਰਟੈਂਟ ਪੁਆਇੰਟ ਕਿ ਗੈਲਵਾਨ ਰਿਵਰ ਜਿਹੜਾ ਹੈ ਨਾ, ਉਹ ਹੁਣ ਬਹੁਤ ਫਲੱਡ ਹੋਣਾ ਸ਼ੁਰੂ ਹੋ ਗਿਆ ਬਿਕੋਜ਼ ਸਨੋ ਮੈਲਟ ਹੋਣ ਲੱਗ ਗਈਆਂ ਨੇ, ਤੇ ਉੱਥੇ ਕੋਈ ਵੀ ਪੋਜੀਸ਼ਨ ਹੋਲਡ ਕਰਨੀ ਬੜੀ ਮੁਸ਼ਕਲ ਹੋ ਗਈ ਹੈ। ਮੈਂ ਇਹੀ ਸਵਾਲ ਕਰਨ ਜਾ ਰਿਹਾ ਸੀਗਾ, ਉਹਦਾ ਅਸਰ ਹੀ ਹੈ ਦੈਟ ਕੈਨ ਬੀ ਵਨ ਆਫ ਦ ਫੈਕਟਰਸ ਕਿ ਚਾਈਨਾ ਉੱਥੋਂ ਵਿਦਡਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਉਹਨਾਂ ਦੀ ਆਪਣੀ ਪੋਜੀਸ਼ਨ ਬੜੀ ਉੱਥੇ ਮੁਸ਼ਕਲ ਹੋ ਗਈਆਂ ਨੇ। ਠੀਕ ਹੈ ਸਰ, ਠੀਕ ਹੈ। ਮਲਵਿੰਦਰ ਕੰਗ, ਵਿਕਰਮਜੀਤ ਤਰ੍ਹਾਂ ਨੇ ਪੂਰੇ ਪੁਆਇੰਟਸ ਕਲੀਅਰ ਕਰਤੇ ਆ, ਤੁਹਾਨੂੰ ਪੀ ਪੀ 14 ਵੀ ਉਹਨਾਂ ਦੱਸਦਾ, 15 ਵੀ ਦੱਸਦਾ, 17 ਏ ਵੀ ਦੱਸਦਾ, ਉਹਨਾਂ ਨੇ ਫਿੰਗਰ 4 ਫਿੰਗਰ 8 ਤੱਕ ਸਾਰੀ ਪੋਜੀਸ਼ਨ ਦੱਸਦੀ ਆ। ਮੇਰਾ ਸਵਾਲ ਹੈਗਾ ਕਿ ਫਿਲਹਾਲ ਤੁਹਾਨੂੰ ਵੀ ਜ਼ਿਆਦਾ ਚੌੜੇ ਹੋ ਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਚਾਈਨਾ ਸਾਡੀ ਗੱਲ ਮੰਨ ਰਿਹਾ, ਹਜੇ ਸਾਨੂੰ ਵੇਟ ਕਰਨੀ ਚਾਹੀਦੀ ਹੈ। ਮਲਵਿੰਦਰ ਕੰਗ, ਦੇਖੋ ਪਹਿਲੇ ਦਿਨ ਤੋਂ ਹੀ ਕੇ ਪੀ ਜੀ ਭਾਰਤ ਦੀ ਸਰਕਾਰ ਨੇ ਅਸੀਂ ਇੱਕ ਮੈਚੋਰ ਡੈਮੋਕ੍ਰੇਸੀ ਦਾ ਪਰਚੇ ਦਿੱਤਾ, ਚੌੜੇ ਹੋਣ ਵਾਲੀ ਤਾਂ ਗੱਲ ਹੀ ਨਹੀਂ ਹੁੰਦੀ, ਇਹ ਬੜਾ ਸੰਜੀਦਾ ਔਰ ਸੀਰੀਅਸ ਇਸ਼ੂ ਹੈ। ਅਸੀਂ ਮੈਂ ਹਰੇਕ ਕਰਕੇ ਕੀਤਾ ਸੀ ਕੰਗ ਸਾਹਿਬ, ਮੈਂ ਥੋੜ੍ਹਾ ਕਲੀਅਰ ਕਰ ਦਵਾਂ ਉਹਦਾ ਸਵਾਲ ਜੀ। ਸਵਾਲ ਇਸ ਕਰਕੇ ਕੀਤਾ ਸੀ ਕਿ ਤੁਹਾਡੇ ਕੁਝ ਆਗੂ ਆ ਜਿਹੜੇ ਉਹ ਕਹਿ ਰਹੇ ਆ ਦੇਖਿਆ 56 ਇੰਚ ਦੀ ਛਾਤੀ, ਇਸ ਕਰਕੇ ਆਗੂ ਨਹੀਂ ਕੋਈ, ਮੇਰੀ ਗੱਲ ਸੁਣੋ, ਜਿਹੜਾ ਵੀ ਕੋਈ ਭਾਰਤ ਸਰਕਾਰ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਜ਼ਿੰਮੇਵਾਰ ਲੀਡਰ ਹੋਊਗਾ, ਵਰਕਰ ਹੋਊਗਾ, ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰੂਗਾ। ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ, ਮਤਲਬ ਨਹੀਂ ਨਹੀਂ ਦੇਖੋ ਸੋਚ ਸਮਝ ਕੇ ਚੱਲਣ ਵਾਲਾ ਇਸ਼ੂ ਹੈ, ਇਹ ਬੜਾ ਸੰਜੀਦਾ ਇਸ਼ੂ ਹੈ। ਅਸੀਂ ਹਰੇਕ ਤਰੀਕੇ ਨਾਲ ਸਾਈਕੋਲੋਜੀਕਲ ਆਰ ਸਾਡੇ ਜਵਾਨਾਂ ਨੇ ਸ਼ਹਾਦਤ ਵੀ ਦਿੱਤੀ, ਅਸੀਂ ਗੱਲਬਾਤ ਦਾ ਰਸਤਾ ਵੀ ਜਾਰੀ ਰੱਖਿਆ, ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਮੌਕੇ 'ਤੇ ਮੋਰਚੇ 'ਤੇ ਜਾ ਕੇ ਜਵਾਨਾਂ ਦੀ ਹੌਸਲਾ ਅਫਜਾਈ ਵੀ ਕਰਕੇ ਆਏ ਔਰ ਮੈਸੇਜ ਵੀ ਦੇ ਕੇ ਆਏ ਬਿਕੋਜ਼ ਵੀ ਆਰ ਅ ਨਿਊਕਲੀਅਰ ਪਾਵਰ, ਅਸੀਂ ਇੱਕ ਚੰਗੇ ਗਵਾਂਢੀ ਔਰ ਬਰਾਬਰ ਦੇ ਗਵਾਂਢੀ ਦੀ ਤਰ੍ਹਾਂ ਸਲੂਕ ਕੀਤਾ, ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਇਹਦੇ 'ਚ ਕੋਈ ਅਨਮਚਿਓਰਟੀ ਨਹੀਂ ਦਿਖਾਉਣਾ ਚਾਹੁੰਦੇ। ਲੇਕਿਨ ਵਾਰ ਵਾਰ ਜਿਸ ਤਰ੍ਹਾਂ ਵਿਕਰਮ ਜੀ ਉਹਨਾਂ ਨੇ ਕਿਹਾ, ਚਾਈਨਾ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। 6 ਜੂਨ ਨੂੰ ਜਦੋਂ ਦੋਨਾਂ ਲੈਵਲ 'ਤੇ ਆਫਿਸਰ ਲੈਵਲ 'ਤੇ ਗੱਲਬਾਤ 'ਚ ਜਦੋਂ ਇਹ ਸਹਿਮਤੀ ਬਣ ਗਈ ਸੀ ਵੀ LOC ਤੋਂ ਉਨੀ ਦੂਰੀ ਬਣਾਉਣੀ ਹੈ ਜਿਹੜੀ ਇੱਕ ਦੋਨਾਂ ਮੁਲਕਾਂ 'ਚ ਜਿਹੜੀ ਸੰਧੀ ਹੋਈ, ਲੇਕਿਨ ਚਾਈਨਾ ਨੇ 15 ਔਰ 16 ਜੂਨ ਨੂੰ ਆ ਕੇ ਫਿਰ ਸਾਡੇ ਜਵਾਨ PP-14 ਪੈਟਰੋਲਿੰਗ ਤੱਕ, ਜਿੱਥੋਂ ਤੱਕ ਸਾਡੇ ਜਵਾਨ ਕਰਦੇ ਆ ਪੈਟਰੋਲਿੰਗ, ਉੱਥੇ ਜਾ ਕੇ ਝਗੜਾ ਹੋਇਆ ਔਰ ਸਾਡੇ ਜਵਾਨਾਂ ਨੇ ਸ਼ਹਾਦਤਾਂ ਵੀ ਹੋਈਆਂ, ਚਾਈਨਾ ਦੇ ਲੋਕ ਜਿਹੜੇ PLF ਵਾਲੇ ਵੀ ਮਰੇ। ਲੇਕਿਨ ਮੈਂ ਇਸ ਇਹ ਵੀ ਕਹਿਣਾ ਚਾਹੁੰਦਾ, ਇਹਦੇ ਨਾਲ ਨਾਲ ਭਾਰਤ ਨੇ ਇਹ ਤਾਂ ਦੱਸਿਆ ਵੀ ਅਸੀਂ ਦੱਬਣ ਵਾਲੇ ਜਾਂ ਕਿਸੇ ਤਰ੍ਹਾਂ ਪਿੱਛੇ ਹਟਣ ਵਾਲੇ ਨਹੀਂ ਹੈ, ਲੇਕਿਨ ਅਸੀਂ ਕਿਸੇ ਵੀ ਤਰੀਕੇ ਨਾਲ ਅਨਮਚਿਓਰਟੀ ਨਹੀਂ ਦਿਖਾਉਣਾ ਚਾਹੁੰਦੇ। ਚਾਈਨਾ ਨੂੰ ਆਪਣੀ ਜਗ੍ਹਾ 'ਤੇ ਵਾਪਸ ਜਾਣਾ ਪਊਗਾ, ਸਾਡੀ ਪਹਿਲੇ ਦਿਨ ਤੋਂ ਇਹੀ ਡਿਮਾਂਡ ਹੈ। ਜੇ ਉਹਨਾਂ ਨੇ ਇਹ ਕੋਸ਼ਿਸ਼ ਹੁਣ ਸ਼ੁਰੂ ਕੀਤੀ ਹੈ ਤਾਂ ਮੈਨੂੰ ਲੱਗਦਾ ਵੀ ਜਿਹੜੀ ਭਾਰਤ ਸਰਕਾਰ ਦੀ ਨੀਤੀ ਸੀ, ਕੂਟਨੀਤੀ ਸੀ, ਉਹਦੇ ਮੈਨੂੰ ਲੱਗਦਾ ਪੋਜ਼ਿਟਿਵ ਪਰਿਣਾਮ ਹੈ। ਠੀਕ ਹੈ, ਹਰਦੀਪ ਕਿੰਗਰਾ, ਤੁਹਾਡਾ ਪਹਿਲਾ ਟੇਕ ਕੀ ਹੈ, ਪੋਜ਼ਿਟਿਵ ਪਰਿਣਾਮ ਆ ਰਹੇ ਹੈ, BJP ਕਹਿ ਰਹੀ ਹੈ? ਦੇਖੋ, KP ਇਨਫੋਰਮੇਸ਼ਨ ਦਾ ਜ਼ਮਾਨਾ ਹੈ, ਸਾਰੀ ਦੁਨੀਆ ਕਹਿੰਦੀ ਹੈ, ਪਰ ਇਹ ਜਿਹੜੀ ਹੈ ਫਾਲਸ ਇਨਫੋਰਮੇਸ਼ਨ ਦਾ ਜ਼ਮਾਨਾ ਵੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਧਿਆਨ ਰੱਖਣਾ ਪਵੇਗਾ। ਕਿਸੇ ਵੀ ਦੇਸ਼ ਦਾ 1 ਕਿਲੋਮੀਟਰ ਪਿੱਛੇ ਚਲੇ ਜਾਣਾ, ਜੇ ਕੋਈ ਦੁਸ਼ਮਣ ਪਿੱਛੇ ਹਟਦਾ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਹੀ ਇਜ਼ ਨਾਟ ਗੋਇੰਗ ਟੂ ਸਟ੍ਰਾਈਕ ਅਗੇਨ। ਹੋ ਸਕਦਾ ਉਹ ਤਕੜਾ ਹੋ ਕੇ ਮੁੜ ਕੇ ਹੱਥ ਪਾਉਣਾ ਚਾਹੁੰਦਾ ਹੋਵੇ ਤੁਹਾਨੂੰ, ਇਹ ਵੀ ਪੋਸੀਬਲ ਹੈ। ਦੂਜੀ ਗੱਲ ਜਿਹੜੀ ਜਿਸ ਤਰ੍ਹਾਂ ਵਿਕਰਮ ਨੇ ਆਖਿਆ ਹੈ, ਜਿਹੜਾ ਗਲਵਾਨ ਰਿਵਰ ਹੈ, ਮੈਂ ਉੱਥੇ ਗਿਆ ਵੀ ਹਾਂ ਉਸ ਇਲਾਕੇ ਲੇਹ ਦੇ ਵਿੱਚ। ਇੱਕ ਵਾਰੀ ਮੈਂ ਅਡਵਾਨੀ ਜੀ ਦੇ ਨਾਲ ਸਿੰਧੂ ਦਰਸ਼ਨ ਵਾਸਤੇ ਗਿਆ ਸੀ, ਜਦੋਂ ਸਿੰਧੂ ਦਰਸ਼ਨ ਸ਼ੁਰੂ ਹੋਇਆ ਸੀਗਾ। ਲੋਹਾਨੀ, ਅਸ਼ਵਨੀ ਲੋਹਾਨੀ ਵਾਜ ITDC ਚੇਅਰਮੈਨ ਤੇ ਮੈਂ ਜੁਆਇੰਟ ਸੈਕਟਰੀ ਸੀ ਮਿਨਿਸਟਰੀ ਆਫ ਸਪੋਰਟਸ ਦੇ ਵਿੱਚ। ਤੇ ਉਹ ਇਲਾਕਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈਗਾ ਕਿ ਉੱਥੇ ਫਲੱਡਿਡ ਜਿਹੜੇ ਰਿਵਰ ਨੇ ਉਹ ਬੜੇ ਨੈਗੋਸ਼ੀਏਬਲ ਨਹੀਂ ਹੁੰਦੇ ਗੇ, ਉਹਨਾਂ ਦੇ ਵਿੱਚ ਤੁਹਾਨੂੰ ਰਹਿਣ ਵਾਸਤੇ, ਟੈਂਟਿੰਗ ਕਰਨ ਵਾਸਤੇ, ਕੋਈ ਹੋਰ ਸਟਰਕਚਰ ਬਣਾਉਣ ਵਾਸਤੇ ਤੁਹਾਡੀ ਜਿਹੜੀ ਪ੍ਰੈਜੈਂਸ ਹੈ ਉਹ ਕਾਫੀ ਖਤਰੇ 'ਚ ਪੈ ਸਕਦੀ ਹੈ ਜੇ ਰਿਵਰ ਫਲੱਡ ਹੋ ਜਾਏ। ਤੇ ਗਲਵਾਨ ਰਿਵਰ ਇਸ ਵੇਲੇ ਫਲੱਡਡ ਰਿਵਰ ਹੈ। ਦੂਜਾ, ਚਾਈਨਾ ਪਿੱਛੇ ਹਟਿਆ ਹੈਗਾ, ਕਿੱਥੋਂ ਪਿੱਛੇ ਹਟਿਆ? ਕੀ ਸਾਡੀ ਆਕੂਪਾਈਡ ਟੈਰੀਟਰੀ ਕਰਕੇ ਪਿੱਛੇ ਗਿਆ, ਜਾਂ ਲਾਈਨ ਆਫ ਐਕਚੁਅਲ ਕੰਟਰੋਲ ਜਿਹੜਾ ਉਹ ਤੋਂ 1 ਕਿਲੋਮੀਟਰ
that is the thing which I don't know any nitty gritty ta fauji dass sakde hai jarnail jehde ja utte mauke te maujood hege hai kyunki asliyat ta sanu oh pata hai jehdi sade kol information aayi hai to is karke je ta oh jitho tak aa gaya yani ke kul mila ke tusi sarkar de kise kadam de naal nahi turna kingra saab haan ji मैं सरकार का बुलारा नहीं है किंगरा साहब पर मैं कह रहा कि सरकार के किसी कदम ना तुम नाल नहीं तुरना किंतु रखने रखना नहीं नहीं इस तरह की गल नहीं है देखो देखो सरकार दे नाल जब तक नेशनल सिक्योरिटी का है इशू है कांग्रेस पार्टी सरकार दे बिल्कुल नाल है सारे भारतीय सरकार दे नाल है क्योंकि भारत के लोगों ने मैंडेट दिता है इस वे बीजेपी को भारत के उत्ते राजकाज करन दा जे कल इंटरनेशनल मसला कोई उठता है साड़ी वॉर लाइक सिचुएशन होंदी है इंटरनेशनल बॉर्डर साडे खतरे च पए ने ਅਸੀਂ ਸਰਕਾਰ ਦੇ ਨਾਲ ਆਉਣਾ ਉਹਨਾਂ ਸਮਿਆਂ ਦੇ ਵਿੱਚ ਲੇਕਿਨ ਸਰਕਾਰ ਦਾ ਇੱਕ ਦਾਇਤਵ ਬਣ ਜਾਂਦਾ ਹੈ ਕਿ ਸਰਕਾਰ ਆਨਸਰੇਬਲ ਹੈ ਭਾਰਤ ਦੇ ਲੋਕਾਂ ਨੂੰ ਔਰ ਆਪੋਜੀਸ਼ਨ ਪਾਰਟੀ ਹੋਣ ਦੇ ਨਾਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਹਰ ਗੱਲ ਦਾ ਜਵਾਬ ਦੇ ਦੇਵੇ ਉਹਦੇ ਚ ਹਰਜ ਵੀ ਕੀ ਹੈ ਜਵਾਬ ਚਲੋ ਤੁਸੀਂ ਸਵਾਲ ਕਰ ਲਿਓ ਸਰ ਸਵਾਲ ਕਰ ਲਿਓ ਮੈਂ ਬ੍ਰੇਕ ਤੋਂ ਵਾਪਸ ਹੋਣਾ ਤੁਹਾਡੇ ਤੋਂ ਸਵਾਲ ਲਵਾਂਗਾ ਬੀਜੇਪੀ ਨੂੰ ਕੀ ਸਵਾਲ ਕਰਨੇ ਆ ਤੁਹਾਡੇ ਸਵਾਲਾਂ ਨਾਲ ਅੱਗੇ ਵਧਾਉਂਗਾ ਡਿਬੇਟ ਮੈਂ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਗਲਵਾਨ ਦੇ ਵਿੱਚ ਕਿਹੜੇ ਪੁਆਇੰਟ ਤੋਂ ਪਿੱਛੇ ਹਟੀ ਆ ਪੀਐਲਏ ਸਾਡਾ ਸਵਾਲ ਇਹ ਵੀ ਹੈਗਾ ਤੇ ਚੀਨ ਦੇ ਨਾਲ ਟੈਨਸ਼ਨ ਵਿੱਚ ਐਨਐਸਏ ਦੀ ਤੇ ਪ੍ਰਧਾਨ ਮੰਤਰੀ ਦੀ ਕੀ ਭੂਮਿਕਾ ਹੈਗੀ ਆ ਸਾਡਾ ਸਵਾਲ ਇਹ ਵੀ ਹੋਏਗਾ ਇਸ ਤੋਂ ਇਲਾਵਾ ਜਿਹੜੇ ਹਥਿਆਰਾਂ ਦੇ ਸੌਦੇ ਹੋ ਰਹੇ ਆ ਉਹ ਭੂਮਿਕਾ ਕਿਤੇ ਕੋਈ ਕੰਮ ਤਾਂ ਨਹੀਂ ਕਰ ਰਹੀ ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਹੋਣਗੇ ਜ਼ਰੂਰ ਵੱਡਾ ਸਵਾਲ ਇਹ ਪੁੱਛਦੇ ਹਾਂ ਨੀਮੂ ਪੋਸਟ 'ਤੇ ਜਾ ਕੇ ਆਏ ਮੋਦੀ ਦੀ ਕਿਹੜੀ ਭਾਸ਼ਾ ਸ਼ੀ ਜਿਨਪਿੰਗ ਨੂੰ 4 ਦਿਨ ਬਾਅਦ ਸਮਝ ਆਈ ਹਰਦੀਪ ਕਿੰਗਰਾ ਤੁਸੀਂ ਸਰ ਆਪਣੇ ਸਵਾਲ ਤਿਆਰ ਕਰ ਲਏ ਹੋਣਗੇ ਬ੍ਰੇਕ 'ਚ ਸਵਾਲ ਪੁੱਛ ਲਓ ਮੈਂ ਜਵਾਬ ਲੈ ਲੈਣਾ ਬੀਜੇਪੀ ਤੋਂ ਤੇ ਨਹੀਂ ਸਵਾਲ ਮੇਰਾ ਮੇਰਾ ਸਵਾਲ ਮੇਰਾ ਸਵਾਲ ਬੀਜੇਪੀ ਤੋਂ ਕੋਈ ਨਹੀਂ ਹੈਗਾ ਮੇਰਾ ਸਵਾਲ ਤਾਂ ਸਿਰਫ ਇੱਕੋ ਹੈਗਾ ਕਿ ਕੰਟਰੀ ਨੂੰ ਕਰੈਕਟ ਇਨਫੋਰਮੇਸ਼ਨ ਦਿਓ ਤੁਸੀਂ ਸਾਡੇ ਆਰਮੀ ਦੇ ਸਪੋਕਸਪਰਸਨ ਨੂੰ ਕਹੋ ਕਿ ਉਹ ਬਰੀਫਿੰਗ ਦੇਵੇ ਜਿਸ ਤਰ੍ਹਾਂ ਕਿ ਕੋਵਿਡ ਦੇ ਵਿੱਚ ਜੁਆਇੰਟ ਸੈਕਟਰੀ ਜਿਹੜੇ ਆ ਮਿਨਿਸਟਰੀ ਆਫ ਹੈਲਥ ਦੇ ਬਰੀਫਿੰਗ ਦਿੰਦੇ ਸੀ ਰੋਜ਼ ਪ੍ਰੈਸ ਕਾਨਫਰੰਸ ਕਰਦੇ ਸੀ ਇਸੇ ਤਰ੍ਹਾਂ ਤੁਸੀਂ ਜੁਆਇੰਟ ਸੈਕਟਰੀ ਡਿਫੈਂਸ ਨੂੰ ਕਹੋ ਕਿ ਉਹ ਬਰੀਫਿੰਗ ਦੇਵੇ ਇਸੇ ਤਰ੍ਹਾਂ ਕੰਟਰੀ ਹੈਜ਼ ਅ ਰਾਈਟ ਕਿ ਅੱਜ ਹੋ ਕੀ ਰਿਹਾ ਸਾਡੇ ਦੇਸ਼ ਦੇ ਵਿੱਚ ਕਿਉਂਕਿ ਸਾਨੂੰ ਅੰਧੇਰੇ 'ਚ ਨਹੀਂ ਰੱਖਣਾ ਚਾਹੀਦਾ ਬਿਲਕੁਲ ਦੇਰ ਇਜ਼ ਅ ਸਟ੍ਰੈਟੇਜਿਕ ਇਨਫੋਰਮੇਸ਼ਨ ਮੂਵਮੈਂਟ ਆਰਮੀ ਦੀ ਹੈ ਉਹ ਹੈ ਇਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਹੈ ਪਰ ਇਹ ਦੱਸਣਾ ਕਿ ਚਾਈਨਾ ਸਾਡੀ ਬਾਉਂਡਰੀ 'ਚ ਇੰਨਾ ਅੰਦਰ ਆਇਆ ਅਸੀਂ ਉਹਨੂੰ ਇੰਨਾ ਪਿੱਛੇ ਧੱਕ ਦਿੱਤਾ ਇੰਨਾ ਪਿੱਛੇ ਹਟਿਆ ਇੰਨੇ ਬੰਦੇ ਜਿਹੜੇ ਸ਼ਹਾਦਤ ਹੋਈ ਹੈ ਇੰਨੇ ਬੰਦੇ ਚਾਈਨਾ ਦੇ ਅਸੀਂ ਮਾਰੇ ਹੈ ਕਿਸ ਤਰ੍ਹਾਂ ਦੇ ਹਥਿਆਰ ਇਸਤੇਮਾਲ ਹੋਏ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਦੱਸਣ ਦੇ ਵਿੱਚ ਹਰਜ ਕੀ ਹੈ ਜੇ ਅਸੀਂ ਕੋਵਿਡ-19 ਦੀ ਰੋਜ਼ ਪ੍ਰੈਸ ਕਾਨਫਰੰਸ ਕਰਾ ਸਕਦੇ ਹਾਂ ਜੁਆਇੰਟ ਸੈਕਟਰੀ ਤੋਂ ਤੇ ਅਸੀਂ ਡਿਫੈਂਸ ਦੇ ਉੱਤੇ ਕਿਉਂ ਨਹੀਂ ਕਰ ਸਕਦੇ ਅਮਰੀਕਾ ਦਾ ਜਦੋਂ ਝਗੜਾ ਹੋ ਰਿਹਾ ਸੀਗਾ ਇਰਾਕ ਦੇ ਵਿੱਚ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਸੀ ਸਰ ਅਮਰੀਕਾ ਇਰਾਕ ਤਾਂ ਮੈਂ ਸਮਝ ਗਿਆ ਕਿੰਗਰਾ ਸਾਹਿਬ ਅਮਰੀਕਾ ਇਰਾਕ ਤਾਂ ਮੈਂ ਸਮਝ ਗਿਆ ਮੈਂ ਬਾਲਾਕੋਟ ਵੀ ਸਮਝ ਜੂੰਗਾ ਪੁਲਵਾਮਾ ਵੀ ਸਮਝ ਜੂੰਗਾ ਪਰ ਤੁਸੀਂ ਕਰੋਨਾ ਨਾਲ ਸਾਰੇ ਪ੍ਰੈਸ ਕਾਨਫਰੰਸ ਨੂੰ ਕਿਉਂ ਰਿਲੇਟ ਕਰਦੇ ਪਏ ਹੋ ਨਹੀਂ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਇਨਫੋਰਮੇਸ਼ਨ ਮਸਟ ਕਮ ਕਰੋਨਾ ਇਜ਼ ਅ ਐਸ ਸੀਰੀਅਸ ਐਨ ਇਸ਼ੂ ਉਹ ਠੀਕ ਹੈ ਸਰ ਕਰੋਨਾ ਨਾਲ ਰਿਲੇਟ ਨਾ ਕਰੋ ਕਰੋਨਾ ਇਜ਼ ਅ ਬਟ ਸੀਰੀਅਸ ਇਸ਼ੂ ਬਿਕੋਜ਼ ਦਾ ਐਨਮੀ ਇਜ਼ ਨਾਟ ਨੋਨ ਟੂ ਅਸ ਠੀਕ ਹੈ ਤੁਹਾਡੀ ਗੱਲ ਠੀਕ ਹੈ ਵਿਜ਼ੀਬਲ ਠੀਕ ਹੈ ਮੈਂ ਇੱਕ ਮਿੰਟ ਕੰਗ ਸਾਹਿਬ ਆ ਰਿਹਾ ਵਿਕਰਮਜੀਤ ਡੇਲੀ ਬਰੀਫਿੰਗ ਹੋਣੀ ਚਾਹੀਦੀ ਹੈ ਰੂਟੀਨ ਬਰੀਫਿੰਗ ਜਾਂ ਆਰਮੀ ਪਰਸਨ ਵੱਲੋਂ ਹੋਣੀ ਚਾਹੀਦੀ ਹੈ ਕਿੰਗਰਾ ਸਾਹਿਬ ਇਹ ਸਵਾਲ ਚੁੱਕ ਰਿਹਾ ਫਟਾਫਟ ਜਵਾਬ ਦੇ ਦਿਓ ਪਹਿਲਾਂ ਨਹੀਂ ਆਈ ਥਿੰਕ ਗਵਰਨਮੈਂਟ ਸ਼ੁਡ ਹੈਵ ਬੀਨ ਮੋਰ ਓਪਨ ਕੇ ਸਟ੍ਰੈਟੇਜਿਕ ਕਮਿਊਨੀਕੇਸ਼ਨ ਜਿਹਨੂੰ ਕਹਿੰਦੇ ਨੇ ਪਬਲਿਕ ਨਾਲ ਸ਼ੇਅਰ ਕਰਨੀ ਚਾਹੀਦੀ ਸੀ ਮੇ ਬੀ ਨੋਟ ਡੇਲੀ ਪ੍ਰੈਸ ਬਰੀਫਿੰਗਸ ਕਿਉਂਕਿ ਯੁੱਧ ਤਾਂ ਐਕਚੁਅਲੀ ਪ੍ਰੋਪਰ ਸਟਾਰਟ ਨਹੀਂ ਹੋਇਆ ਸੀ ਜਿਸ ਤਰ੍ਹਾਂ ਕਾਰਗਿਲ ਵਾਰ ਵਿੱਚ ਰੋਜ਼ ਬਰੀਫਿੰਗਸ ਹੁੰਦੀਆਂ ਸੀਗੀਆਂ ਬਟ ਮੋਰ ਇਨਫੋਰਮੇਸ਼ਨ ਸ਼ੁਡ ਹੈਵ ਬੀਨ ਗਿਵਨ ਬਾਈ ਗਵਰਨਮੈਂਟ ਐਟ ਦ ਸਟ੍ਰੈਟੇਜਿਕ ਲੈਵਲ ਕਿ ਇਹ ਸਾਡੀ ਗਵਰਨਮੈਂਟ ਦੀ ਰੈੱਡ ਲਾਈਨਸ ਕੀ ਹੈਗੀਆਂ ਨੇ ਚਾਈਨਾ ਕਿੱਥੇ ਤੱਕ ਆ ਗਿਆ ਸਾਡੀ ਪਾਲਿਸੀ ਕੀ ਹੋਏਗੀ ਚਾਈਨਾ ਨੂੰ ਅਸੀਂ ਕੀ ਕਿਹਾ ਹੈਗਾ ਕਿ ਯੂ ਕੈਨੋਟ ਵਾਇਲੇਟ ਯੂ ਨੋ ਲਾਈਕ ਦਿਸ ਲੇਕਿਨ ਗਵਰਨਮੈਂਟ ਨੇ ਇਹਨੂੰ ਥੋੜ੍ਹਾ ਜਿਹਾ ਨਾ ਹਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ primarily because of one reason ke you know it was politically affecting modi saab's image theek. of being a muscular macro leader theek hai sir kang saab sawal da jawab de do hun twadi rashtravad wali jehdi rajneeti hai ki hai un te satt vajdi hai je tusi briefing karwa doge ta dekho kp ji eh bada national security naal national defense naal judya mudda hai ਇਹ ਜ਼ਰੂਰੀ ਨਹੀਂ ਹੁੰਦਾ ਔਰ ਕਿੰਗਰਾ ਸਾਹਿਬ ਤਾਂ ਰਿਟਾਇਰ ਅਫਸਰ ਵੀ ਹੈ ਬੜੇ ਜ਼ਿੰਮੇਵਾਰ ਨਾਗਰਿਕ ਹੈ ਸਾਰੀਆਂ ਚੀਜ਼ਾਂ ਨੂੰ ਸੰਜੀਦਗੀ ਨਾਲ ਸਮਝਦੇ ਆ ਹਰੇਕ ਚੀਜ਼ 'ਤੇ ਆਪਾਂ ਬਰੀਫਿੰਗ ਭਾਰਤ ਸਰਕਾਰ ਜਾਂ ਡਿਫੈਂਸ ਫੋਰਸਿਸ ਨਹੀਂ ਕਰ ਸਕਦੀ ਇਹ ਆਪਾਂ ਨੂੰ ਸਮਝਣਾ ਚਾਹੀਦਾ ਦੂਸਰੀ ਜਿਹੜੀ ਗੱਲ ਇਹਦੇ 'ਚ ਇੰਪੋਰਟੈਂਟ ਗੱਲ ਹੈ ਸਾਹਿਬ ਸੂਟ ਨਹੀਂ ਕਰਦੀ ਨਹੀਂ 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 ਸੂਟ ਵਾਲੀ ਗੱਲ ਨਹੀਂ ਇਹ ਕੋਈ ਇੱਕ ਪਾਰਟੀ ਦਾ ਮਸਲਾ ਨਹੀਂਗਾ ਕੰਗ ਸਾਹਿਬ
मैं विक्रमजीत सरां नूं वी गल पुछ लिया थोड़ा जिहा ओपन होना चाहिए तां जो देश की जनता नूं समझ आ सके कि असीं कित्थे खड़े हां ते साडा रिएक्शन की होना चाहिए। देखो इस तों वध ओपन की हो सकदा कि साडा प्राइम मिनिस्टर मौके पर जाके विजिट करके आता है, जिहड़े साडे हॉस्पिटल च एडमिट है कोई जवान उन्हां नूं मिलदा है, दूसरे जवानों नूं ड्यूटी वालों नूं मिलदा है, उन्हां दा मोराल अप करता है, हर तरीके नाल सरकार कोशिश कर रही है। लेकिन मैं ये कहना चाहुंदा जरूरी नहीं है हरेक चीज़ की कोरोना वांग कोरोना नूं इन्हां नूं नहीं मिलाउणा चाहीदा। दूसरी गल जिहड़ी एक मेन गल है मैनूं गुस्से है मेरी जिहड़ी एक इह सवाल दा जवाब दे दो ना हुण असीं कह रहे हां पिछे हटे आ की कह रहे जो प्रधानमंत्री साहब ये गल कहिंदे आ वी उह साडे साडे एरिए विच नहीं आएगे बेसिकली चाइना ने एल एस सी के नेड़े आके कंस्ट्रक्शन की जिहड़ी इलीगल सी दोनों मुल्कां दी जिहड़ी संधि है जां जिहड़ा एग्रीमेंट है उहदे खिलाफ सी। साडा ऑब्जेक्शन ये सी पीपी 14 जिथों तक साडी पेट्रोलिंग चल रही सी पहलां बाबू संतोष और जिथे साडे पंजाब दे तीन रेजीमेंट के चार जवान भी शहीद होए वो मसला तो इस गल झगड़ा सी भी तुसीं इत्थों पिछे हटा के करो अपना उहदे च साडे जवान भी शहीद होए ये नहीं है भी वह कोई इंडिया की टैरिटरी वड़ गए सी बिल्कुल नहीं। बेसिकली जिहड़ा फिंगर फोर है वो एक साइड N219 हाईवे है चाइना का दूसरी साइड सुन लो प्रधानमंत्री साहब ने मेरी गल फिर मैं प्रधानमंत्री साहब ने कुछ भी गलत नहीं किया नहीं प्राइम मिनिस्टर साहब ने बिल्कुल गलत फिर कांग्रेस क्यों सवाल कर दी भी सर बार बार कहाँ। देखो मैं वैसे इस बड़े संजीदा मसले पर इनू इस पासे ले जाना नहीं चाहता मैं हुण दसना चाहूँगा जेड़े सवाल उठा रहा है स्टैंडिंग कमेटी डिफेंस के मैंबर है राहुल गांधी जी उन्होंने एक भी मीटिंग नहीं अटेंड की और मैं एक हिस्टोरिकल फैक्ट दस दिना 1962 च 1000 किलोमीटर जिहड़ा साडा एरिया कब्जा किया चाइना ने उस तो बाद इसे ही कांग्रेस के प्रधानमंत्री ने UNO च परमानेंट सीट मिले चाइना नूं वकालत की सी अंजाम असी भुगत रहे हैं बिल्कुल सानू भरोसा नहीं करना चाहिए। इस करके मैं हजे भी बेनती करूँगा कांग्रेस वालों इनू पोलिटिसाइज ना करो इस देश की डिफेंस नाल सुरक्षा नाल जुड़िया मुद्दा और साडे जवान साडी फौज पूरी समर्थ है कि चाइना जिहड़ा मूँह तोड़ जवाब देण। ठीक विक्रमजीत प्रधानमंत्री साहब ने सब कुछ सही दस्या सीगा तुसी केड़ा कह रहे हो कि सरकार नूं होर ओपन होना चाहिए मोर ओपन होना चाहिए किवें ओपन हो जाए सरकार ये कहते प्रधानमंत्री साहब ने जो दस्या सीगा वो सारे सामने है प्रधानमंत्री साहब उत्थे जाए इस तों बाद होर की कर लैन। देखो प्रधानमंत्री जी ने फैक्ट हैगा कि अज तक चाइना का नाम ही नहीं लिता नीमू जदों गए ने 60 दिन बाद गए 60 दिन की टेंशन के बाद प्रधानमंत्री जी नीमू गए उत्थे भी जाके चाइना का नाम नहीं लिता और नीमू तो पहला 19 जून का जो उन्होंने बयान है 18 या 19 जून पहला तो बयान में कहा कि हमारी टेरिटरी में कोई आया नहीं है हमने मुँह चोट जवाब भी दे दिए हमारे जवानों ने अगले दिन क्लैरिफाई कर देने कुछ हद तक कि असी आए सी पर असी कटते उन्होंने बाहर फिर नीमू क्यों गए तो 2-3 दिन पहले अगर कुछ इन्होंने बाहर कटते हैं मुंह तोड़ जवाब भी देता है फिर प्रधानमंत्री जी नीमू क्यों गए 60 दिन बाद। और देखो मैं कहना कि 60 दिन ली साडा कोई मंत्री उत्थे लद्दाख नहीं गया इन्ने साडे जवान शहीद हुए ने वूंडेड हुए ने यह नहीं कि सिर्फ June 15 गलवान विच कलैश होया मई विच पेंगोंग विच किन्ने कलैश होए ने उहदे विच साडे 70 जवान इंजर्ड ने CO भी इंजर्ड उहदे विच नकुला सिक्किम विच उत्थे क्लैश होया उत्थे भी इंजरीज हुई ने पर इन्होंने अज तक प्रधानमंत्री जी ने चाइना का अज तक नाम ही नहीं लिता इहदा की मतलब है तुसीं इहनूं कंपेयर करो कारगिल विच जब पाकिस्तानी आ के बह गए सीगे प्रधानमंत्री जी वाजपेई और डिफेंस मिनिस्टर फर्नांडिस किन्नी वारी उत्थे फ्रंट लाइन जाके ट्रुप्स नूं उन्होंने शाबाशी दित्ती उन्होंने भी कहा कि पाकिस्तान का नाम नहीं लैणा उन्होंने ओपनली कहा। और एक गल तुसीं नोट करो कारगिल युद्ध विच June 13 सरताज अजीज पाकिस्तान के फॉरन मिनिस्टर आए थे दिल्ली उन्होंने कहा जी असी गलबात करना चाहते उन्होंने नाल वाजपेई साहब ने कहा गलबात नहीं करांगे तुहाडे नाल तुसीं पहले LOC तो पिछे जाओ फिर तुहाडे नाल गल करांगे अगर तुसीं LOC तो पिछे नहीं जाओगे असी अपनी मिलिट्री नूं यूज करके तुहानूं बाहर सुट्टांगे। सर ये गल ये जिहड़ी वाजपेई वाली उदाहरण तुसीं दे रहे हो ये गल असीं चाइना के खिलाफ कह सकते हैं साडी इन्नी स्ट्रेंथ हैगी है
ਭਈ ਇਹ ਤਾਂ ਕਹਿੰਦੇ ਨੇ ਕਿ ਅਸੀਂ ਸਾਡੀ ਛਾਤੀ 56 ਇੰਚ ਵਾਲੀ ਹੈ, ਅਸੀਂ ਕਿਸੇ ਨੂੰ ਕਿਸੇ ਨਾਲ ਵੀ ਟੱਕਰ ਲੈ ਸਕਦੇ ਹਾਂ, ਮਸਕੂਲਰ ਇੰਡੀਆ ਆ ਗਿਆ ਹੈ ਔਰ ਬਹੁਤ ਸਟਰੋਂਗ ਇੰਡੀਆ ਆ ਗਿਆ ਹੈ, ਤਾਂ ਇਹ ਤਾਂ ਫਿਰ ਇਹਨਾਂ ਲਈ ਤਾਂ ਕੋਈ ਅੱਗੇ ਨਹੀਂ, ਨੋਬਡੀ ਸ਼ੁੱਡ। ਇਹਨਾਂ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਸੀਗਾ ਕਿ ਜੋ ਵੀ ਭਾਰਤ ਮਾਤਾ ਪਰ ਆਂਖ ਉਠਾਏਗਾ ਹਮ ਉਸਕੋ ਦਿਖਾ ਦੇਂਗੇ। ਨਿੰਮੂ ਪੋਸਟ ਤੇ ਜਾ ਕੇ ਮੋਦੀ ਦੀ ਕਿਹੜੀ ਭਾਸ਼ਾ ਸ਼ੀ ਜਿਨਪਿੰਗ ਨੂੰ 4 ਦਿਨ ਬਾਅਦ ਸਮਝ ਆਈ? ਮਨਿੰਦਰ ਕਾਂਗ, ਵਾਜਪਾਈ ਸਾਹਿਬ ਜਿਹੜੀ ਉਦਾਹਰਣ ਦਿੱਤੀ ਹੈ ਵਿਕਰਮਜੀਤ ਸਰਾਂ ਨੇ, ਮੈਂ ਸਵਾਲ ਨਹੀਂ ਦੁਹਰਾਊਂਗਾ। ਸਵਾਲ ਇਹ ਹੈਗਾ ਕਿ ਅਸੀਂ ਤਾਂ ਪ੍ਰਭਾਸ਼ਿਤ ਕੀਤਾ ਸੀ 18 ਦਿਨ ਬਾਅਦ ਪ੍ਰਧਾਨ ਮੰਤਰੀ ਉੱਥੇ ਗਏ, 18 ਦਿਨ ਬਾਅਦ ਅਸੀਂ ਇਹੋ ਜਿਹਾ ਸੰਕੇਤ ਉੱਥੇ ਜਾ ਕੇ ਦਿੱਤਾ ਜਿੱਥੇ ਨਾਮ ਵੀ ਨਹੀਂ ਦਿੱਤਾ। ਸਵਾਲ ਇਹ ਹੈਗਾ, ਵਿਕਰਮਜੀਤ ਕਹਿ ਰਹੇ 60 ਦਿਨਾਂ ਬਾਅਦ ਗਏ, ਇਹਦਾ ਕੀ ਜਵਾਬ ਦਿਓ? ਪਹਿਲੀ ਗੱਲ ਤਾਂ ਇਹ ਆ KP ਜੀ, ਸਾਡੀ ਜਿਹੜੀ ਫੌਜ ਹੈ ਉਹ ਹਰੇਕ ਤਰ੍ਹਾਂ ਸਕਸ਼ਮ ਹੈ ਦੁਸ਼ਮਣ ਨੂੰ ਜਵਾਬ ਦੇਣ 'ਚ, ਨੰਬਰ ਇੱਕ, ਕਿਸੇ ਤੋਂ ਘੱਟ ਨਹੀਂ ਹੈ, ਕਿਸੇ ਤੋਂ ਕਮਜ਼ੋਰ ਨਹੀਂ ਹੈ। ਦੂਸਰੀ ਗੱਲ ਇਹ ਆ ਵੀ ਅਸੀਂ ਕਿਸੇ ਦੀ ਜ਼ਮੀਨ ਨਹੀਂ ਚਾਹੁੰਦੇ, ਲੇਕਿਨ ਅਸੀਂ ਆਪਣੀ 1 ਇੰਚ ਵੀ ਜ਼ਮੀਨ ਨਹੀਂ ਦੇਣੀ, ਇਹ ਵੀ ਬੜਾ ਸਪਸ਼ਟ ਹੈ। ਤੀਸਰੀ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਜਾਂ ਡਿਫੈਂਸ ਫੋਰਸਾਂ ਨੇ ਕੋਈ ਰਿਐਕਸ਼ਨ ਕਰਨਾ ਆ ਤਾਂ ਉਹਨਾਂ ਦਾ ਇੱਕ ਪ੍ਰੋਰੋਗੇਟਿਵ ਹੈ, ਉਹਨਾਂ ਨੇ ਉਹਦੇ ਹਿਸਾਬ ਨਾਲ ਕਰਨਾ ਹੈ। ਲੇਕਿਨ ਮੈਂ ਇਹ ਮੰਨਦਾ ਹਾਂ, ਇਹਦੇ ਪੋਜ਼ਿਟਿਵ ਪੱਖ ਇਹ ਆ ਵੀ ਜੇ ਅੱਜ ਕੂਟਨੀਤੀ ਕੰਮ ਆਈ ਹੈ, ਜੇ ਚਾਈਨਾ ਅਗਰ ਪਿੱਛੇ ਹਟ ਰਿਹਾ ਹੈ, ਜੇ ਆਪਣੀ ਜਿਹੜੀ ਇਲੀਗਲ ਕੰਸਟਰਕਸ਼ਨ ਖਤਮ ਕਰਕੇ ਪਿੱਛੇ ਜਾ ਰਿਹਾ ਹੈ, ਤਾਂ ਮੈਨੂੰ ਲੱਗਦਾ ਭਾਰਤ ਦੀ ਕੂਟਨੀਤੀ ਕੰਮ ਆਈ ਹੈ। ਔਰ ਕਿਉਂਕਿ ਅਸੀਂ ਇੱਕ ਨਿਊਕਲੀਅਰ ਡੈਮੋਕ੍ਰੇਸੀ ਹਾਂ, ਇੱਕ ਮੈਚਿਓਰ ਡੈਮੋਕ੍ਰੇਸੀ ਹਾਂ, ਸਾਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਅਸੀਂ ਜਾ ਕੇ ਬਾਰਡਰ ਤੇ, ਪ੍ਰਧਾਨ ਮੰਤਰੀ ਨੇ ਜਾ ਕੇ KP ਜੀ ਬਾਰਡਰ ਤੇ ਜਾ ਕੇ ਚੈਲੰਜ ਨਹੀਂ ਕਰਨਾ ਹੁੰਦਾ, ਪ੍ਰਧਾਨ ਮੰਤਰੀ ਨੇ ਮੈਸੇਜ ਦੇਣਾ ਹੁੰਦਾ ਔਰ ਉਹ ਮੈਸੇਜ ਦਿੱਤਾ ਉਹਨਾਂ ਨੇ। ਉਹਨਾਂ ਨੇ ਜਿੱਥੇ ਆਪਣੇ ਜਵਾਨਾਂ ਦਾ ਮੋਰਾਲ ਅਪ ਕਰਨਾ, ਉੱਥੇ ਦੁਨੀਆਂ ਨੂੰ ਵੀ ਦਿਖਾਉਣਾ ਹੁੰਦਾ ਵੀ ਜੇ ਲੋੜ ਪਈ ਤਾਂ ਅਸੀਂ ਫਰੰਟ 'ਤੇ ਆ ਕੇ ਮੈਂ ਅਗਵਾਈ ਦੇ ਸਕਦਾ, ਦੇਸ਼ ਦਾ ਜਿਹੜਾ ਲੀਡਰ ਹੈ, ਜਿਹੜਾ ਇਸ ਟਾਈਮ ਮੁਖੀਆ ਹੈ, ਔਰ ਅਸੀਂ ਕਿਸੇ ਤੋਂ ਘੱਟ ਵੀ ਨਹੀਂ ਗਏ। ਇਸ ਕਰਕੇ ਮੈਨੂੰ ਲੱਗਦਾ ਸਾਨੂੰ ਵੀ ਜਿਹੜੀ ਡਿਸਕਸ਼ਨ ਹੈ ਉਹ ਜਿਹੜੀ ਦੇਸ਼ ਹਿੱਤ 'ਚ ਹੈ, ਜਿਹੜੇ ਸਾਡੇ ਮੁਲਕ ਦੇ ਹੱਕ 'ਚ ਹੈ, ਜਿਹੜੇ ਸਾਡੇ ਡਿਫੈਂਸ ਫੋਰਸਿਸ ਦਾ ਮੋਰਾਲ ਜਿਹਨਾਂ ਨਾਲ ਬਣਿਆ ਰਹੇ, ਉਹ 'ਤੇ ਹੀ ਡਿਸਕਸ਼ਨ ਕਰਨੀ ਚਾਹੀਦੀ ਹੈ। ਮੋਦੀ ਸਾਹਿਬ ਦੇ ਉੱਥੇ ਜਾਣ ਕਰਕੇ ਅਸਰ ਹੋਇਆ ਜਾਂ ਜਿਹੜੀ ਖਬਰ ਆ ਰਹੀ ਹੈ NSA ਦੀ ਜਿਹੜੀ ਵਿਦੇਸ਼ ਮੰਤਰੀ, ਚਾਈਨਾ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਹੋਈ ਹੈ, ਉਹਦਾ ਅਸਰ ਹੋਇਆ? ਇਹ ਸਾਰਾ ਕੁਝ ਇਕੱਠਾ ਹੋਇਆ ਕਿਵੇਂ ਹੋਇਆ? ਪਿਛਲੇ 6 ਸਾਲਾਂ 'ਚ ਮੋਦੀ ਸਾਹਿਬ ਨੇ ਫਰੰਟ ਫੁੱਟ 'ਤੇ ਆ ਕੇ ਅਗਵਾਈ ਦਿੱਤੀ ਹੈ ਮੁਲਕ ਨੂੰ, 18 ਮੰਨਣਾ ਪਊਗਾ, 18 ਵਾਰ ਮਿਲਣੀ ਵੀ ਹੋਈ ਹੈ ਚਾਈਨਾ ਨਾਲ। ਨਹੀਂ ਨਹੀਂ ਮੈਂ ਕਹਿ ਰਿਹਾ ਨਾ, ਅਸੀਂ ਕਦੋਂ, ਅਸੀਂ ਤਾਂ ਬਰਾਬਰ ਦੇ ਗਵਾਂਢੀ ਬਣ ਕੇ ਸਾਰੇ ਰਿਸ਼ਤੇ ਚੰਗੇ ਰੱਖਣਾ ਚਾਹੁੰਦੇ ਹਾਂ, ਹੁਣ ਕੋਈ ਸਾਡਾ ਘਰ ਹੀ ਦੱਬਣਾ ਚਾਹੂਗਾ ਤਾਂ ਦੇਖੋ ਉਹਨੂੰ ਤਾਂ ਜਵਾਬ ਦੇਣਾ ਹੀ ਪਊਗਾ ਨਾ। ਇਸ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕੋਈ ਮਾੜਾ ਕੰਮ, ਰਿਸ਼ਤਾ ਪਾਕਿਸਤਾਨ ਨਾਲ ਚੰਗਾ ਰੱਖਣਾ ਚਾਹੁੰਦੇ ਆਪਾਂ, ਰਿਸ਼ਤਾ ਪਾਕਿਸਤਾਨ ਨਾਲ ਚੰਗਾ ਰੱਖਣਾ ਚਾਹੁੰਦੇ ਆਪਾਂ, ਡਾਕਟਰ ਸਾਹਿਬ ਰਿਸ਼ਤਾ ਪਾਕਿਸਤਾਨ ਨਾਲ ਚੰਗਾ ਰੱਖਣਾ ਚਾਹੁੰਦੇ ਆਪਾਂ, ਬਿਲਕੁਲ, ਭੂਟਾਨ ਨਾਲ ਚੰਗਾ ਰੱਖਣਾ ਚਾਹੁੰਦੇ ਆ, ਸਾਰੇ ਨੇਪਾਲ ਨਾਲ ਰੱਖਣਾ ਚਾਹੁੰਦੇ ਆ, ਸ਼੍ਰੀਲੰਕਾ ਨਾਲ ਰੱਖਣਾ ਚਾਹੁੰਦੇ ਆ। ਪ੍ਰਧਾਨ ਮੰਤਰੀ ਸਾਹਿਬ ਨੇ 2014 ਜਦੋਂ ਆਪਣੀ ਸਹੁੰ ਚੁੱਕੀ ਸੀ ਪਹਿਲੀ, ਉਹਦੇ 'ਚ ਸਾਰੇ ਗਵਾਂਢੀ ਮੁਲਕਾਂ ਦੇ ਪ੍ਰਮੁੱਖ ਜਿਹੜੇ ਸੀਗੇ, ਜਿਹੜੇ ਹੈੱਡ ਸੀ ਸਟੇਟਸ ਦੇ, ਉਹਨਾਂ ਨੂੰ ਇਸ ਕਰਕੇ ਬੁਲਾਇਆ ਸੀ, ਅਸੀਂ ਸਾਰਿਆਂ ਨਾਲ ਓਪਨ ਹੈ, ਰਿਸ਼ਤੇ ਰੱਖਣਾ ਚਾਹੁੰਦੇ ਹਾਂ, ਉਹ ਗੱਲ ਵੱਖਰੀ ਆ, ਬਾਅਦ 'ਚ ਧੋਖਾ ਦੇ ਕੇ ਕਈ ਜਾਣੇ। ਲੇਕਿਨ ਮੈਂ ਫਿਰ ਵੀ ਇਹ ਕਹਿਣਾ ਚਾਹੁੰਦਾ ਵੀ ਪ੍ਰਾਈਮ ਮਿਨਿਸਟਰ ਦਾ ਜਿਹੜਾ ਐਕਸ਼ਨ ਹੁੰਦਾ ਹੈ, ਉਹਦੇ ਕਈ ਤਰ੍ਹਾਂ ਦੇ ਮੈਸੇਜ ਹੁੰਦੇ ਆ, ਇਹ ਕੂਟਨੀਤੀ ਹੁੰਦੀ ਆ, ਜੇ ਬਿਨਾਂ ਨਾਮ ਲਏ ਵੀ ਕੰਮ ਚੱਲ ਸਕਦਾ ਤੁਸੀਂ ਕਹਿੰਦੇ? ਨਹੀਂ ਨਹੀਂ, ਲੜਾਈ ਤਾਂ ਸਾਡੀ ਚਾਈਨਾ ਨਾਲ ਲੱਗੀ ਆ ਨਾ, ਇਹਦੇ 'ਚ ਫਿਰ ਪਾਕਿਸਤਾਨ ਦਾ ਨਾਮ ਲੈਣ ਦੀ, ਫਿਰ ਨਾਮ ਲੈਣ ਦਾ ਸਵਾਲ ਇਹ ਸੀ, ਨਾ ਲੈਣ ਵਾਲੀ ਤਾਂ ਕੋਈ ਗੱਲ ਹੀ ਨਹੀਂ। ਕੰਗ ਸਾਹਿਬ ਸਵਾਲ ਇਹ ਸੀ ਵਿਕਰਮ ਜੀ ਦਾ, ਪਾਕਿਸਤਾਨ ਦਾ ਨਾਮ ਅਸੀਂ ਲੈਂਦੇ, ਚਾਈਨਾ ਦਾ ਨਾਮ ਕਿਉਂ ਨਹੀਂ ਲੈਂਦੇ? ਮੈਂ ਇਹੀ ਗੱਲ ਕਹਿ ਰਿਹਾ ਵੀ ਜਿਹੜਾ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਗਲਵਾਨ ਘਾਟੀ ਦਾ ਦੌਰਾ ਕੀਤਾ ਹੈ, ਔਰ ਉਹਦਾ ਮਤਲਬ ਕੀ ਹੈ, ਸੰਬੋਧਨ ਕੀਤਾ ਜਵਾਨਾਂ ਨੂੰ, ਹੋਰ ਉੱਥੇ ਕੀ ਹੈ? ਚਲੋ ਇੱਕ ਗੱਲ ਇਹਦੇ 'ਚ ਐਡ ਕਰ, ਬਹੁਤ ਆ ਰਿਹਾ ਵਿਕਰਮ, ਆਰਮਡ ਫੌਜਾਂ ਸਾਡੀਆਂ ਚਾਈਨਾ ਤੋਂ ਘੱਟ ਨਹੀਂ, ਇੱਕ ਗੱਲ, ਲੇਕਿਨ ਇਕਨੋਮਿਕ ਪਾਵਰ ਹੈ ਚਾਈਨਾ, ਉਹਨੂੰ ਸਹੀਏ ਖਤਮ ਕਰਨਾ, ਇਹ ਵੀ ਸਰਕਾਰ ਦੀ ਸਟ੍ਰੈਟਜੀ ਹੈ, ਉਹਦੇ ਲਈ ਵੀ ਭਾਰਤ ਸਰਕਾਰ ਨੇ ਕਈ ਸਟੈਪ ਉਠਾਏ ਆ, ਉਹ ਵੀ ਇੱਕ ਕੂਟਨੀਤੀ ਦਾ ਹਿੱਸਾ ਹੈ। ਵਿਕਰਮ ਜੀ ਇਹ ਕਹਿ ਰਹੇ ਕੂਟਨੀਤੀ ਹੈਗੀ ਹੈ, ਨਾਮ ਲੈਣਾ ਜ਼ਰੂਰੀ ਥੋੜ੍ਹੀ ਹੈ? KP ਆਈ ਥਿੰਕ ਸਾਨੂੰ ਇਹ ਦੇਖਣਾ ਹੈ ਕਿ ਆਫਟਰ ਦਿਸ ਅਗਰੀਮੈਂਟ ਜਿਹੜੀ ਡੀਐਸਕਲੇਸ਼ਨ ਡਿਸਇੰਗੇਜਮੈਂਟ ਦੀ ਹੈ ਕਿ ਨੈਗੋਸੀਏਸ਼ਨ ਬਿਹਾਈਂਡ ਦਾ ਸੀਨਸ ਕੀ ਹੋਈਆਂ ਨੇ, ਵਾਟ ਵਿਲ ਬੀ ਇੰਡੀਆ ਸਟੈਂਡਸ ਔਨ ਚਾਈਨਾ ਪਾਕ ਇਕਨੋਮਿਕ ਕੋਰੀਡੋਰ, ਵਾਟ ਵਿਲ ਬੀ ਇੰਡੀਆ ਸਟੈਂਡਸ ਔਨ ਦਲਾਈ ਲਾਮਾ ਸਕਸੈਸ਼ਨ, ਵਾਟ ਵਿਲ ਬੀ ਇੰਡੀਆ ਸਟੈਂਡਸ ਔਨ ਅਲਾਇੰਸ ਵਿਦ ਦਾ US, ਵਾਟ ਵਿਲ ਬੀ ਇੰਡੀਆ ਸਟੈਂਡਸ ਇਨ ਅਫਗਾਨਿਸਤਾਨ। ਹੁਣ ਇਹਦਾ ਇੱਕ ਬੜਾ ਇੱਕ ਪੁਆਇੰਟ ਸਰ ਨਾਲ ਹੋਰ ਜੋੜ ਲਓ ਵਿਕਰਮ ਜੀ, ਇੱਕ ਪੁਆਇੰਟ ਨਾਲ ਹੋਰ ਜੋੜ ਲਓ, ਇੰਡੀਆ ਰਸ਼ੀਆ ਦੀ ਮੀਟਿੰਗ, ਅੱਗੇ ਬੋਲੋ। ਇੰਡੀਆ ਰਸ਼ੀਆ, ਆਈ ਵਿਲ ਕਮ ਟੂ ਦੈਟ। ਦੇਖੋ ਜਦ ਡੋਕਲਮ 2017 ਦੇ ਬਾਅਦ ਕੀ ਹੋਇਆ, ਜਦ ਅਸੀਂ ਡਿਸਇੰਗੇਜ ਕਰ ਰਹੇ ਪਰ ਸਾਨੂੰ ਦੱਸਿਆ ਨਹੀਂ ਸਰਕਾਰ ਨੇ,
2017 डोकलम के बाद असी हट गए, उसके बाद असी दलाई लामा जी नूं बिल्कुल कहिंदे ने खुड्डा लाइन लाता। गवर्नमेंट ने चिट्ठी कढ़ी कि दलाई लामा नाल तुसीं किसी गवर्नमेंट अफसर ने गल नहीं करनी। फिर जो असी चाइना पाक इकोनॉमिक कोरीडोर और बेल्ट रोड इनिशिएटिव चाइना दी है, उत्ते असी क्रिटिसिज्म बिल्कुल जीरो करती सी। इन्हां ने दस्या नहीं ओह गल, बट इन्हां ने बिहाइंड द सीन्स नेगोशिएशन करके कि डिसएंगेज तो कर लांगे, बट कंसेशंस ऑन जियोपॉलिटिक्स, जियो स्ट्रैटेजी, जियो इकोनॉमिक्स। वी नाउ हैव टू सी के वो वड्डे जिहड़ियां मैटर्स हैगे ने गवर्निंग इंडिया चाइना पाकिस्तान रिलेशंस, हुण इंडिया दा स्टैंड ऑन पाकिस्तान की रहेगा। ये आपां नोट करिए, हुण गवर्नमेंट ऑफ इंडिया मोदी जी पाकिस्तान के उपर की गल्लां करनगे आफ्टर दिस। ठीक ठीक है, बड़ा महत्वपूर्ण पॉइंट। पता लगूगा सानू के डिसएंगेजमेंट जड़ी हो रही है वो किस कंडीशंस ते हुई है। ठीक है, ये बड़ा महत्वपूर्ण पॉइंट तुसीं चुक्के। हरदीप किंगरा, हुण तुहानू सवाल कर रहा मैं, ਤੁਹਾਨੂੰ ਇਹਨਾਂ ਦੇ ਕਿਸੇ ਬੈਕਡੋਰ ਚੈਨਲ ਦੀ ਗੱਲਬਾਤ 'ਤੇ ਕੋਈ ਸ਼ੱਕ ਤਾਂ ਨਹੀਂ ਹੈਗਾ ਜਾਂ ਉਹਨਾਂ 'ਤੇ ਵੀ ਸ਼ੱਕ ਹੈਗਾ ਤੁਹਾਨੂੰ? ਜੇ ਵਿਕਰਮ ਜੀ ਤਰ੍ਹਾਂ ਨੇ ਜਿਹੜੇ ਪੁਆਇੰਟ ਰੱਖਿਆ, ਸੀਪੈਕ ਦਾ ਉਹਨਾਂ ਜ਼ਿਕਰ ਕੀਤਾ, ਜਿਹੜਾ ਉਹਨਾਂ ਨੇ ਸਾਡੇ ਕਾਰੋਬਾਰੀ ਰਿਲੇਸ਼ਨ ਦਾ ਜ਼ਿਕਰ ਕੀਤਾ, ਸਾਡੀ ਵਿਦੇਸ਼ ਨੀਤੀ ਦਾ ਜ਼ਿਕਰ ਕਰ ਲਿਆ ਵਿਕਰਮ ਜੀ ਤਰ੍ਹਾਂ ਨੇ, ਤੁਹਾਨੂੰ ਉਹਨਾਂ 'ਤੇ ਕੋਈ ਡਾਊਟ ਤਾਂ ਨਹੀਂ ਹੈਗਾ ਕਿ ਹੈਗਾ? ਦੇਖੋ ਕੇਪੀ, ਇਹਦੇ 'ਚ ਨਾ ਮੈਂ ਬੀਜੇਪੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਵੀ ਇੱਕ ਬੇਨਤੀ ਕਰਾਂਗਾ ਕਿ ਤਿੰਨ ਬਿਆਨ ਆਏ ਸੀ, ਇੱਕ ਵਿਦੇਸ਼ ਮੰਤਰੀ ਦਾ, ਇੱਕ ਰੱਖਿਆ ਮੰਤਰੀ ਦਾ ਤੇ ਇੱਕ ਪ੍ਰਧਾਨ ਮੰਤਰੀ ਦਾ। ਮੈਂ ਬੀਜੇਪੀ ਦੇ ਬੁਲਾਰੇ ਨੂੰ ਇਹ ਕਹਾਂਗਾ ਕਿ ਉਹ ਤਿੰਨੋਂ ਬਿਆਨ ਪੜ੍ਹ ਲਓ, ਤਿੰਨੋਂ ਆਪਸ ਮੇਲ ਨਹੀਂ ਖਾਂਦੇ, ਅਸੀਂ ਕੁਛ ਨਹੀਂ ਕਹਿੰਦੇ, ਅਸੀਂ ਕੁਛ ਨਹੀਂ ਕਹਿੰਦੇ। ਤੁਸੀਂ ਆਪਣੇ ਆਪਸ 'ਚ ਫੈਸਲਾ ਕਰ ਲਓ ਕਿ ਕਿਹਦਾ ਬਿਆਨ ਨੂੰ ਅਸੀਂ ਸਹੀ ਮੰਨੀਏ, ਡਿਫੈਂਸ ਮਿਨਿਸਟਰ ਦੇ ਬਿਆਨ ਨੂੰ ਸਹੀ ਮੰਨੀਏ, ਵਿਦੇਸ਼ ਮੰਤਰੀ ਦੇ ਬਿਆਨ ਨੂੰ ਸਹੀ ਮੰਨੀਏ, ਜਾਂ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਸਹੀ ਮੰਨੀਏ। ਤਿੰਨਾਂ 'ਚੋਂ ਦੋ ਝੂਠੇ ਆ, ਇੱਕ ਸੱਚਾ ਹੈ। ਉਹ ਕੌਣ ਝੂਠਾ ਤੇ ਕੌਣ ਸੱਚੇ ਹੈ, ਇਹ ਬੀਜੇਪੀ ਆਪ ਫੈਸਲਾ ਕਰ ਲਏ। ਜਿਹੜੀ ਤੁਸੀਂ ਗੱਲ ਕਰਦੇ ਹੋ ਐਤਵਾਰ ਦੀ, ਜਿਵੇਂ ਵਿਕਰਮ ਜੀ ਨੇ ਕਿਹਾ ਹੈਗਾ, ਜਦੋਂ ਕੋਈ ਵੀ ਨੈਗੋਸੀਏਸ਼ਨ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਦੇਖੋ, ਪਹਿਲੀ ਗੱਲ ਤਾਂ ਬੀਜੇਪੀ ਨੇ ਸ਼ੁਰੂ ਕੀਤਾ ਹੈ ਕਿ ਪਹਿਲਾ ਪ੍ਰਧਾਨ ਮੰਤਰੀ ਉੱਥੇ ਗਿਆ, ਪੰਡਿਤ ਜਵਾਹਰ ਲਾਲ ਨਹਿਰੂ ਵੀ ਉੱਥੇ ਗਏ ਸੀ, ਉਹਨਾਂ ਨੇ ਵੀ ਐਡਰੈਸ ਕੀਤਾ ਸੀ। ਥੋੜੇ ਦਿਨ ਪਹਿਲਾਂ ਮੋਦੀ ਜੀ ਦੇ, ਸ਼੍ਰੀਮਾਨ ਮੋਦੀ ਜੀ ਦੇ ਉੱਥੇ ਜਾਣ ਤੋਂ ਪਹਿਲਾਂ ਇੱਕ ਬੰਗਾਲੀ ਦੇ ਕਿਸੇ ਅਖਬਾਰ ਦੇ ਵਿੱਚ ਬਹੁਤ ਵੱਡਾ ਆਰਟੀਕਲ ਛਪਿਆ ਸੀ, ਇੰਦਰਾ ਗਾਂਧੀ ਜੀ ਦੀ ਫੋਟੋ ਸੀ ਉੱਥੇ ਐਡਰੈਸ ਕਰਦਿਆਂ ਦੀ, 71 ਦੇ ਕਨਫਲਿਕਟ ਤੋਂ ਪਹਿਲਾਂ ਦੀ ਗੱਲ ਹੈ। ਕਿਉਂਕਿ ਪਾਕਿਸਤਾਨ ਜਿਹੜਾ ਸੀ, ਅਸੀਂ ਬੰਗਲਾਦੇਸ਼ ਇੰਟਰਵੈਂਸ਼ਨ ਕਰਨਾ ਚਾਹੁੰਦੇ ਸੀ, ਮਾਨਿਕ ਸ਼ਾਹ ਸਾਹਿਬ ਨੇ ਵੀ ਕਿਹਾ, ਪਰ ਚਾਈਨਾ ਸਾਨੂੰ ਡਰਾ ਰਿਹਾ ਸੀ। ਉਸ ਚਾਈਨਾ ਦੇ ਡਰ ਨੂੰ ਖਤਮ ਕਰਨ ਵਾਸਤੇ ਮਿਸਿਸ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਗਲਵਾਨ ਗਈ। ਗਲਵਾਨ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਭਾਸ਼ਣ ਦਿੱਤਾ, ਚੀਨ ਨੂੰ ਸਿੱਧਾ ਚੈਲੰਜ ਕੀਤਾ ਕਿ ਸਾਨੂੰ ਬੈਠੀ ਡੱਕ ਨਾ ਸਮਝੋ, ਅਸੀਂ ਲੜਾਂਗੇ। ਚੀਨ ਉਦੋਂ ਅਸ਼ੋਰ ਕੀਤਾ ਕਿ ਤੁਸੀਂ ਜੇ ਪਾਕਿਸਤਾਨ 'ਚ ਐਡਵੈਂਚਰ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਨਹੀਂ ਲੜਾਂਗਾ। ਇਹ ਆਰਟੀਕਲ ਛਪਿਆ ਅਖਬਾਰ ਦੇ ਵਿੱਚ, ਉਹਦੇ ਵਿੱਚ ਇੰਦਰਾ ਗਾਂਧੀ ਦੀ ਫੋਟੋ ਛਪੀ। ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਗਲਵਾਨ ਗਏ ਹੈ, ਉਹ ਤੋਂ ਪਹਿਲਾਂ ਨਹੀਂ ਗਏ। ਔਰ ਇਹ ਕਹਿ ਦੇਣਾ ਬੀਜੇਪੀ ਦਾ ਕਿ ਪਹਿਲਾ ਪ੍ਰਧਾਨ ਮੰਤਰੀ ਗਲਵਾਨ ਗਿਆ, ਇਹ ਮਿਸ ਇਨਫੋਰਮੇਸ਼ਨ ਹੈ, ਕੰਟਰੀ ਨੂੰ ਝੂਠ ਬੋਲਿਆ ਜਾ ਰਿਹਾ ਹੈ, ਵਿਚ ਇਜ਼ ਐਬਸੋਲੂਟਲੀ ਰੋਂਗ। ਹੁਣ ਪਿੱਛੇ ਕੀ ਹੋਇਆ ਇਹਦੇ, ਚਾਈਨਾ ਪਿੱਛੇ ਤਾਂ ਹਟ ਗਿਆ, ਲੇਕਿਨ ਚਾਈਨਾ ਦੇ ਪਿੱਛੇ ਹਟਣ ਦੇ ਵਾਸਤੇ ਕੀ ਗੱਲਬਾਤ ਹੋਈ ਹੈ? ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਚਾਈਨਾ ਦੇ ਮੁੱਖ ਤਾਂ ਉਹਦੇ ਨਾਲ, ਉਹ ਬਰੀਫਿੰਗ ਕਰਨੀ ਚਾਹੀਦੀ ਹੈ, ਘੱਟੋ ਘੱਟ ਪਾਰਲੀਮੈਂਟ ਦੇ ਵਿੱਚ ਹੀ ਬਰੀਫਿੰਗ ਕਰਨ, ਘੱਟੋ ਘੱਟ ਜਿਹੜੀ ਹੈ ਕੰਸਲਟੇਟਿਵ ਕਮੇਟੀ ਹੈ ਉਹਨਾਂ ਨੂੰ ਬਰੀਫਿੰਗ ਦੇਣ। ਤੁਸੀਂ ਦੇਖੋ, ਤੁਹਾਡਾ ਜਦੋਂ ਤੁਸੀਂ ਮੰਤਰੀ ਹੁੰਦੇ ਹੋ, ਤੁਹਾਡਾ ਕੁਝ ਵੀ ਵਿਅਕਤੀਗਤ ਨਹੀਂ ਹੁੰਦਾ, ਤੁਸੀਂ ਭਾਰਤ ਦੀ ਜਨਤਾ ਦੇ ਬਿਹਾਫ ਤੇ ਬੋਲ ਰਹੇ ਹੁੰਦੇ ਹੋ। ਐਨਐਸਏ ਕੋਲੇ ਕੋਈ ਅਧਿਕਾਰ ਨਹੀਂ ਮਿਸਟਰ ਡੋਵਲ ਕੋਲੇ ਕਿ ਮੈਂ ਆਪਣੀ ਮਰਜ਼ੀ ਕਰਾਂ, ਉਹ ਇੱਕ ਮੈਂਡੇਟਡ ਅਥਾਰਟੀ ਹੈ, ਹੀ ਇਜ਼ ਅ ਕੈਬਨਿਟ ਰੈਂਕ ਪਰਸਨ, ਹੀ ਇਜ਼ ਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਹੀ ਮਸਟ ਟੈਲ ਵਾਟ ਹੀ ਸਪੋਕ। ਠੀਕ ਠੀਕ ਹੈ ਸਰ, ਠੀਕ ਹੈ ਕੰਕਾਂ ਸਰ, ਆਮ ਪਬਲਿਕ ਟੂ ਸਮ ਰਿਸਪੋਨਸਿਬਲ ਪੀਪਲ। ਠੀਕ ਹੈ ਕੰਗਰਾ ਸਾਹਿਬ, ਕੰਕ ਸਾਹਿਬ ਇਹ ਬੜਾ ਸਵਾਲ ਵਾਜਬ ਹੈਗਾ। ਜਿਹੜੀ ਵੀ ਕੋਈ ਗੱਲਬਾਤ ਹੋਈ ਹੈ, ਜਿੰਨੀ ਗੱਲਬਾਤ ਦੱਸੀ ਜਾ ਸਕਦੀ ਹੈ ਦੇਸ਼ ਦੀ ਜਨਤਾ ਨੂੰ, ਉਹ ਦੱਸਣੀ ਚਾਹੀਦੀ ਹੈ। ਜਿੰਨੀ ਗੱਲਬਾਤ ਆਪਦੇ ਸਹਿਯੋਗੀਆਂ ਨੂੰ ਦੱਸਣੀ ਚਾਹੀਦੀ ਹੈ ਜਾਂ ਤੁਹਾਡੀਆਂ ਵਿਰੋਧੀ ਧਿਰਾਂ ਹੈਗੀਆਂ ਉਹਨੂੰ ਦੱਸਣੀ ਚਾਹੀਦੀ ਹੈ, ਉਹ ਗੱਲਬਾਤ ਤੁਹਾਨੂੰ ਸਾਂਝੀ ਕਰਨੀ ਚਾਹੀਦੀ। ਉਹ ਕਦੋਂ ਕਰ ਰਹੇ ਹੋ? ਦੇਖੋ, ਜਿਹੜਾ ਕਿੰਗਰਾ ਸਾਹਿਬ ਦੇ ਜਿੰਨੇ ਐਲੀਗੇਸ਼ਨ ਆ ਜਾਂ ਸਵਾਲ ਹੈ ਉਹਨਾਂ ਦਾ ਆਧਾਰ ਹੈ ਰਾਹੁਲ। ਹਾਂਜੀ, ਉਹਨਾਂ ਦਾ ਜਿਹੜਾ ਆਧਾਰ ਹੈ ਕਿੰਗਰਾ ਸਾਹਿਬ ਦੇ ਸਵਾਲਾਂ ਦਾ, ਉਹ ਆਧਾਰ ਹੈ ਰਾਹੁਲ ਗਾਂਧੀ ਜਿਹੜਾ ਵਾਰ ਵਾਰ ਟਵੀਟ ਕਰਦੇ ਆ ਜਾਂ ਰਾਹੁਲ ਗਾਂਧੀ ਕੋਈ ਸਟੇਟਮੈਂਟ ਦਿੰਦੇ ਆ ਟਵੀਟ ਦੇ ਰਾਹੀਂ, ਪਬਲਿਕ 'ਚ ਨਹੀਂ ਦਿੰਦੇ। ਰਾਹੁਲ ਗਾਂਧੀ ਡਿਫੈਂਸ ਸਟੈਂਡਿੰਗ ਕਮੇਟੀ ਦੇ ਮੈਂਬਰ ਹੈ ਔਰ ਕਦੀ ਉਹ ਮੀਟਿੰਗ ਅਟੈਂਡ ਨਹੀਂ ਕੀਤੀ। ਅਸੀਂ ਵਾਰ ਵਾਰ ਡਿਬੇਟ ਉੱਥੇ ਕਿਉਂ ਲੈ ਕੇ ਜਾ ਰਹੇ ਹਾਂ? ਨਹੀਂ ਨਹੀਂ, ਵਾਰ ਵਾਰ ਦਾ ਸਵਾਲ ਹੋ, ਮੈਂ ਸਵਾਲ ਦਾ ਜਵਾਬ ਦੇ ਰਿਹਾ ਹਾਂ। ਇਸ ਕਰਕੇ ਮੈਂ ਸਵਾਲ ਲੈ ਲੂੰਗਾ ਜਿਹੜੇ ਸਵਾਲ ਤੰਗ ਸਾਹਿਬ, ਮੈਂ ਸਵਾਲ ਲੈ ਲੂੰਗਾ, ਉਹ ਸਟੈਂਡਿੰਗ ਕਮੇਟੀ ਦਾ ਸਵਾਲ ਲੈ ਲੂੰਗਾ। ਮੇਰੇ ਕੋਲ ਪਿਆ ਆ ਪਈ ਆ ਨੱਡਾ ਸਾਹਿਬ ਦੀ ਸਟੇਟਮੈਂਟ, ਪਈ ਹੈ ਮੇਰੇ ਕੋਲ, ਪਈ ਹੈ ਸਾਡੇ ਕੋਲ। ਸਵਾਲ ਇੱਕ ਸਧਾਰਨ ਪੁੱਛਿਆ ਜਾ ਰਿਹਾ ਕਿ ਤੁਸੀਂ ਇਹਨਾਂ 'ਤੇ ਕੀ ਕਹਿਣਾ ਚਾਹੁੰਦੇ ਹੋ? ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਪ੍ਰਧਾਨ ਮੰਤਰੀ, ਉਹ ਕਹਿ ਰਿਹਾ ਵੀ ਇੱਕ ਜਣੇ ਨੇ ਕਿਸੇ ਨੇ ਝੂਠ ਬੋਲਿਆ। ਦੂਜੀ ਗੱਲ ਉਹ ਕਹਿ ਰਹੇ ਆ ਕਿ ਜਿਹੜੀ ਜਿਸ ਪੱਧਰ ਦੀ ਵੀ ਗੱਲਬਾਤ ਹੋਈ ਹੈ
उस गलबात के पिछे की कुछ होया वो जिन्ना को तुम दस सकते हो देश की जनता को दसना चाहिए। देखो सिंपल सवाल है, मैनू लगता जी हम रीसेंटली डिवेलपमेंट हुई है वो भारत सरकार जवाब देगी, अज की ही गल है ना, इस करके मैं लगता वह वेट करना चाहिए। मैं तो जेडे इन्होंने एलीगेशन लाया मैं क्या वो बेसलैस है, उन्होंने आधार नहीं सवाल विदेशमंत्री रक्षा मंत्री प्रधानमंत्री नहीं किन्ने सच बोलिया किन्ने झूठ बोलिया। मैं कहना भी चाहे वह प्राइम मिनिस्टर साहब ने कोई स्टेटमेंट दी है मौजूदा गलवान वाली सिचुएशन से या डिफेंस मिनिस्टर ने दी है, वो बिल्कुल भारत सरकार का ही पक्ष है। तिना ने एक सही गल कही है, बिल्कुल तिना चो किसी ने झूठ नहीं बोलिया। बिल्कुल किंगरा साहब का सवाल है, अच्छा किंगरा साहब के सवाल का आधार मैं दसदा राहुल गांधी जी है, राहुल गांधी जी तो किसी मीटिंग च अटेंड नहीं करते, उन्होंने पता ही नहीं है कि फौज का जो मॉडर्नाइजेशन किया जा रहा है, फौज का किसी ने झूठा सच्चा कहना पड़ेगा ना अपनों, राहुल गांधी झूठ। अच्छा ऑलवेज ठीक है, एक छोटा जिहा ब्रेक लूंगा, आखिरी हिस्से में असं होवे, आखिरी हिस्से में असं यह सवाल करांगे साडी विदेश नीति की है, तो जिहड़ा एक सवाल मैं किया मैं इस सैगमेंट के पुछूंगा जरूर, सवाल यह किया हथियारों वाली डील के जरिए सब कुछ हो रहा जां असल में साडी कूटनीति है जिहड़ी वो काम कर रही है, वर्ल्ड लैवल ते जिहड़ा प्रैशर आ वह किन्ना काम आ रहा, अमेरिका जिहड़ा बयान दिंदा तो उस तो बाद अमेरिका जिहड़ी आपदी फौज नूं जां आपदे सेना नूं अगे वधाउण दे विच लग्या होया कि उसका कोई असर हैगा जां अमरीका अपने हितों के लिए अगे आया हैगा, इस सारे असरां दी गल होवेगी। ब्रेक तो वापस आ रहे ਨਿਮੂ ਪੋਸਟ 'ਤੇ ਜਾ ਕੇ ਆਏ ਮੋਦੀ ਦੀ ਕਿਹੜੀ ਭਾਸ਼ਾ ਸ਼ੀ ਜਿਨਪਿੰਗ ਨੂੰ ਚਾਰ ਦਿਨ ਬਾਅਦ ਸਮਝ ਆਏ। ਬਿਕਰਮ ਜੀ ਤਾਂ ਆਖਰੀ ਹਿੱਸੇ ਵਿੱਚ ਆਇਆ ਸੀ, ਮੈਂ ਸਵਾਲ ਇਹ ਤੁਹਾਨੂੰ ਕਰ ਰਿਹਾ ਸੀਗਾ, RIC ਜਿਹੜੀ ਬੈਠਕ ਹੁੰਦੀ ਹੈ ਵਰਚੁਅਲ ਮੀਟਿੰਗ ਹੁੰਦੀ ਹੈ ਉਸਦਾ ਕੋਈ ਅਸਰ ਹੋਇਆ, ਉਸ ਅਸਰ ਦੇ ਨਾਲ ਜਿਹੜਾ ਰਸ਼ੀਆ ਤੁਸੀਂ ਹਥਿਆਰ ਲੈ ਰਹੇ ਹੈ ਉਸਦਾ ਕੋਈ ਅਸਰ ਹੈ, ਜਿਹੜੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਸਾਡੀ ਕੂਟਨੀਤੀ ਕੰਮ ਕਰ ਰਹੀ ਹੈ ਜਿਹੜੀ ਡਿਜੀਟਲ ਸਟ੍ਰਾਈਕ ਜਿਹਦਾ ਨਾਮ ਲਿਆ ਜਾ ਰਿਹਾ ਹੈ ਉਸ ਦੇ ਨਾਲ, ਅਤੇ ਹੋਰ ਜਿਹੜੇ ਇੱਥੇ ਮੰਗ ਉੱਠਦੀ ਪਈ ਹੈ ਉਸ ਦੇ ਨਾਲ ਇਹ ਸਵਾਲ ਉੱਠਦਾ ਪਿਆ ਕਿ ਜਿਹੜਾ ਉਹਨਾਂ ਦੇ ਕਾਰੋਬਾਰ ਵਿੱਚ ਕਮੀ ਆਊਗੀ ਚਾਈਨਾ ਦੀ, ਜਿਹਨੂੰ 30% ਦਾ ਨਾਮ ਦਿੱਤਾ ਗਿਆ ਕਿ 30% ਉਹਨਾਂ ਦੇ ਕਾਰੋਬਾਰ ਵਿੱਚ ਕਮੀ ਆਊਗੀ। ਇੱਕ ਹੋਰ ਸਵਾਲ ਅੱਜ ਖੜ੍ਹਾ ਹੋਇਆ ਕਿ ਇਹਦੇ ਨਾਲ ਜੇ ਕੁਛ ਵੀ ਹੁੰਦਾ ਤਾਂ ਚਾਈਨਾ ਨੂੰ ਨੁਕਸਾਨ ਨਹੀਂ ਹੋਣਾ, ਭਾਰਤ ਨੂੰ ਨੁਕਸਾਨ ਹੋਣਾ ਹੈ ਆਰਥਿਕ ਤੌਰ 'ਤੇ ਵੀ। ਵਿਕਰਮਜੀਤ ਮੇਰੇ 4 ਪੁਆਇੰਟ ਹੈ ਕੇਪੀ, ਆਈ ਥਿੰਕ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਬੋਥ ਇੰਡੀਆ ਔਰ ਚਾਈਨਾ ਵਾਰ ਨਹੀਂ ਚਾਹੁੰਦੇ। ਬਿਲਕੁਲ ਠੀਕ ਹੈ, ਚਾਈਨਾ ਦੀ ਵੀ ਜਿਹੜੀ ਇਹਨਾਂ ਨੇ ਬਿਲਡਅਪ ਕੀਤਾ ਹੈਗਾ ਔਰ ਜਿਹੜੀ ਇਹਨਾਂ ਨੇ ਇਨਕਰਸ਼ਨ ਇੰਟਰੂਜਨ ਕੀਤੀਆਂ ਨੇ, ਦੇ ਆਰ ਨੋਟ ਐਜ਼ ਯੂ ਸੇ ਟੈਕਟੀਕਲ ਫਾਈਟਿੰਗ ਪੋਜੀਸ਼ਨਸ, ਠੀਕ ਹੈ, ਇਟ ਇਜ਼ ਮਿਲਟਰੀ ਪੋਸਚਰਿੰਗ। ਔਰ ਉਹੀ ਗੱਲ ਆ ਜਾਂਦੀ ਹੈ ਇਹਨਾਂ ਨੇ LSE 'ਤੇ ਪ੍ਰੈਸ਼ਰ ਪਾ ਕੇ ਔਰ ਅੰਦਰ ਆ ਕੇ ਸਾਨੂੰ ਦੂਜੇ ਕਨਸੈਸ਼ਨਸ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਲਾਈਕ ਔਨ ਦਲਾਈ ਲਾਮਾ, CPAC, ਪਾਕਿਸਤਾਨ, BRI, ਅਫਗਾਨਿਸਤਾਨ, ਅਲਾਇੰਸ ਵਿਦ US ਜੀ, ਇਹਨਾਂ ਦੀ ਉਹ ਕੋਸ਼ਿਸ਼ ਸੀਗੀ, ਇਟ ਵਾਸ ਨੋਟ ਰੀਅਲੀ ਵਾਰ, ਇਟ ਵਾਸ ਥ੍ਰੈਟ ਆਫ ਵਾਰ। ਵਿਕਰਮ ਜੀ ਮੈਂ ਇਸੇ ਲਈ ਸਵਾਲ ਕਰ ਰਿਹਾ, ਇਹਨਾਂ ਸਾਰਿਆਂ ਦਾ ਰਾਹ ਜਿਹੜਾ ਉਹ ਇਕਨੋਮਿਕਸ ਵੱਲ ਜਾਂਦਾ ਪਿਆ। ਹਾਂਜੀ, ਸੈਕਿੰਡ ਪੁਆਇੰਟ ਤੁਹਾਡਾ ਸੀਗਾ ਕਿ ਰਸ਼ੀਆ ਦਾ ਰੋਲ, ਦੇਖੋ ਰਸ਼ੀਆ ਨੇ ਬਿਹਾਈਂਡ ਦ ਸੀਨਸ ਮੀਡੀਏਸ਼ਨ ਕੀਤੀ ਹੋਣੀ ਹੈ ਔਰ ਉਹਨਾਂ ਦਾ ਰੋਲ ਜੋ ਹੈਗਾ ਇਨਫਲੂਐਂਸ਼ੀਅਲ ਹੈਗਾ ਟੂ ਸਮ ਐਕਸਟੈਂਟ। ਔਰ ਇਹਦੀ ਇੱਕ ਬੜਾ ਕਲੀਅਰ ਪੁਆਇੰਟ ਆਫ ਲਾਈਨ ਜਿਹੜੀ ਜਾਂਦੀ ਹੈ ਕਿ ਜਦ ਅਪ੍ਰੈਲ 2018 ਵਿੱਚ ਵੂਹਨ ਸਮਿਟ ਹੋਇਆ ਸੀ ਪ੍ਰਧਾਨ ਮੰਤਰੀ ਜੀ ਔਰ ਚਾਈਨਾ ਦੇ ਪ੍ਰੈਜ਼ੀਡੈਂਟ ਨਾਲ, ਉਹਦੇ ਬਾਅਦ ਪ੍ਰਧਾਨ ਮੰਤਰੀ ਜੀ ਮੋਦੀ ਜੀ ਤੁਰੰਤ ਰਸ਼ੀਆ ਗਏ ਸੀਗੇ ਇਮੀਡੀਏਟਲੀ ਆਫਟਰ ਵੂਹਨ, ਕਿਉਂਕਿ ਜਿਹੜਾ ਪੁਟਿਨ ਹੈਗਾ ਉਹ ਜ਼ੀ ਜਿਨਪਿੰਗ ਨਾਲ ਉਹਦੇ ਇਨਫਲੂਐਂਸ ਰੱਖਦਾ, ਹੀ ਕੈਨ ਇਨਫਲੂਐਂਸ ਜ਼ੀ ਜਿਨਪਿੰਗ, ਠੀਕ ਹੈ। ਸੋ ਪੁਟਿਨ ਵਾਸ ਸੀਨ ਐਜ਼ ਅ ਗਾਰੰਟਰ ਆਫ ਦ ਵੂਹਨ ਕੰਸੈਂਸਸ। ਸੋ ਰਸ਼ੀਆ ਦਾ ਰੋਲ ਕੋਈ ਨਾ ਕੋਈ ਰਿਹਾ, ਇਹਨਾਂ ਨੇ RIC ਵੀ ਕੀਤੀ ਹੈ, ਉਹਦੇ ਬਾਅਦ ਇਹਨਾਂ ਨੇ ਬ੍ਰਿਕਸ ਦੀ ਕਾਨਫਰੰਸ ਕੀਤੀ ਹੈ 2-3 ਦਿਨ ਪਹਿਲਾਂ, ਆਫ ਦਾ ਸੈਕਰਟਰੀਜ਼ ਆਫ ਸੀਨੀਅਰ ਆਫੀਸ਼ਲਸ ਆਫ ਆਲ ਦਾ 5 ਬ੍ਰਿਕਸ ਕੰਟਰੀਜ਼। ਸੋ ਇਹਨਾਂ ਨੇ ਡਾਇਲੋਗ ਕਿਤੇ ਨਾ ਕਿਤੇ ਰਸ਼ੀਆ ਨੇ ਇੰਡੀਆ ਔਰ ਚਾਈਨਾ ਦਾ ਮੇਨਟੇਨ ਕੀਤਾ ਹੈਗਾ। ਔਰ ਚਾਈਨਾ ਇੰਡੀਆ ਨੇ ਜਿਹੜੇ ਇੰਨੇ ਵੱਡੇ ਆਰਮਸ ਡੀਲਸ ਰਸ਼ੀਆ ਨੂੰ ਦਿੱਤੀਆਂ ਨੇ, 29 MiG-29 or 11 SU-30s plus a lot of missiles, Astra missiles, Pinaka missiles, whatever, ਉਹਦੇ ਨਾਲ ਰਸ਼ੀਆ ਦਾ ਇੰਟਰਸਟ ਵੀ ਵੱਧਦਾ ਹੈ ਕਿ ਉਹ ਇੰਡੀਆ ਦੀ ਗੱਲ ਸੁਣਨ। ਦੇਖੋ ਟਰੰਪ ਜਿਹੜਾ ਹੈ ਉਹ ਚਾਈਨਾ ਨੂੰ ਇਨਫਲੂਐਂਸ ਨਹੀਂ ਕਰ ਸਕਦਾ, ਟਰੰਪ ਨੇ 3 ਏਅਰਕ੍ਰਾਫਟ ਕੈਰੀਅਰ ਭੇਜਤੇ ਨੇ ਇਨਟੂ ਦਾ ਵੈਸਟਰਨ ਪੈਸਿਫਿਕ, ਬਟ ਲੇਕਿਨ ਪੁਆਇੰਟ ਹੈ ਕਿ ਟਰੰਪ ਲੜਾਈ ਲੈਗਾ ਕਿ ਨਹੀਂ, ਕਿ ਟਰੰਪ ਸਿਰਫ ਮਿਲਟਰੀ ਪੋਸਚਰਿੰਗ ਕਰ ਰਿਹਾ ਹੈ। ਸੋ
कुल मिला के विक्रमजीत मैनू तुहाडे पॉइंट्स विचों समझ आया मिलटरी पोस्टरिंग अमेरिका भी कर रहा होगा इधरों चाइना ने भी की होगी उस दे जवाब दे विचाले जिहड़ा ग्रंटर तुसी रशिया नूं करा दे रहे हो वह ग्रंटर आपकी दुकान का समान सानूं वेच गया उस तों बाद चीज़ां साढ़े हित विच नज़र आने लग पईआं विक्रमजीत It is a factor क्योंकि रशिया नूं जिहड़ी आर्म्स डील्स गईआं ने बड़ी वड्डीआं आर्म्स डील ने और देखो ना इंडिया ते प्रेशर यूएस पा रहा यूएस इंडिया ते प्रेशर पा रहा कि तुसी रशिया तों आर्म्स ना लो यूएस फॉर एग्जाम्पल जिहड़ा S-400 एंड एयर डिफेंस सिस्टम है बड़ा एक्सपेंसिव और बड़ा हाईली हाई टेक्नोलॉजी का है यूएस इंडिया नूं प्रेशर पा रहा है कि तुसी ओ रशिया दा सिस्टम ना लो बट इंडिया हैज गॉन अहेड एंड सेड नहीं असी लवांगे उन्हां तों चलो ठीक ठीक है हरदीप किंगरा सर विक्रमजीत की गल तुसी पूरी तरीके नाल सुन ली है हुण ग्रंटर दा जिक्र भी विच आ गया है हुण तुहानूं कोई गरंटी नज़र आ रही है कि देश दे हितां नाल खिलवाड़ नहीं होगा तुहानूं यकीन होण लग पिया कि ग्रंटर जिहड़ा सानूं मिल चुक्या है तो असी यूएस नूं थोड़ा जिहा पासे करके रशिया वल ते चाइना नाल असी जिहड़ा तनाव घटाउण दी कोशिश विच लगे होए हैं रशिया दे थ्रू किंगरा साहब देखो ये डिप्लोमेसी जिहड़ी है कोई एडी एडी छोटी चीज़ नहीं है वर्ल्ड दी जिहड़ी अलाइनमेंट है वो इन्ना सौखा नहीं है कि तुसी थोड़ी जी चीज़ नाल अलाइन हो जाओगे जां चार हथियार बेच के जाओ करके आई डोंट एग्री टू दिस देयर इज समथिंग मच मोर देन द व्हाट मी डाई भारत एक दो कारण है भारत एक बहुत वड्डी मंडी है चाइना दे समान वास्ते साडा ट्रेड डेफिसिट जिहड़ा है चाइना दे नाल बहुत वड्डा हैगा और कल्ला भारत दे विच नहीं जिहड़े एनआरआई भारती बैठे दुनिया दे विच ओह भी बहुत वड्डी मार्केट है चाइनीज गुड्स वास्ते सो एक ये है दूजा इशू ये है कि असी जिहड़े लोग हाँ असी एक इकोनॉमिक पावर हाँ चाइना भी एक इकोनॉमिक पावर है मरदा की ना करदा उस करके अटोमिक पावर नाल जदों तुसीं कदे कॉन्फ्लिक्ट हुंदा है उहने रिजॉल्व टेबल दे उत्ते होना हुंदा है वार सिचुएशन अराइज नहीं हो सकदी क्योंकि वार सिचुएशन दे विच जे किसे बंदे नूं तुसीं पुश टू द वॉल कर दोगे ही विल नॉट हेजिटेट टू यूज द लास्ट वेपन सर टेबल ते होना हुंदा तुसीं आप कह रहे हो किंगरा साहब तुसीं नाल ही सवाल कर रहे हो टेबल दे थल्ले भी कुछ होया थल्ले इकोनॉमिक रीजन भी हो सकदे है साडे बहुत सारे अमीर घराणियां दी इन्वेस्टमेंट है चाइना दे विच ਸਾਡੇ ਬਹੁਤ ਸਾਰੇ ਅਮੀਰ ਘਰਾਣਿਆਂ ਦਾ ਇੰਟਰਸਟ ਹੈ ਚਾਈਨਾ ਦੇ ਵਿੱਚ ਔਰ ਉਹ ਅਮੀਰ ਘਰਾਣਿਆਂ ਦਾ ਪ੍ਰੈਜ਼ੈਂਟ ਸਰਕਾਰ ਦੇ ਨਾਲ ਵੀ ਬਹੁਤ ਵੱਡਾ ਸਹਿਯੋਗ ਹੈ ਮੈਂ ਨਹੀਂ ਕਹਿੰਦਾ ਉਹ ਅਮੀਰ ਘਰਾਣਿਆਂ ਕਰਕੇ ਮੋਦੀ ਸਾਹਿਬ ਚਲੇ ਗਏ ਉੱਥੇ ਉਹ ਅਮੀਰ ਘਰਾਣਿਆਂ ਕਰਕੇ ਨੀਮੂ ਪੋਸਟ ਤੇ ਗਏ ਆ ਮੋਦੀ ਸਾਹਿਬ ਜਾਂ ਦੇਸ਼ ਕਰਕੇ ਗਏ ਆ ਨੀਮੂ ਪੋਸਟ ਮੈਂ ਤੁਹਾਨੂੰ ਦੱਸਿਆ ਨੀਮੂ ਪੋਸਟ ਤੇ ਤਾਂ ਪ੍ਰਧਾਨ ਮੰਤਰੀ ਵਾਸਤੇ ਜਾਣਾ ਕੋਈ ਔਖਾ ਨਹੀਂ ਹੈ ਪ੍ਰਧਾਨ ਮੰਤਰੀ ਨੇ ਤਾਂ ਇਹ ਕਹਿ ਦੇਣਾ ਮੈਂ ਕੱਲ ਨੂੰ ਨਿਕੋਬਾਰ ਜਾਣਾ ਹੈ ਤੇ ਬਾਕੀ ਇੰਤਜ਼ਾਮ ਤਾਂ ਮੇਰੇ ਤੇਰੇ ਵਰਗੇ ਬਥੇਰੇ ਹੁੰਦੇ ਉੱਥੇ ਕਰਨ ਵਾਲੇ ਸਾਰਾ ਇੰਤਜ਼ਾਮ ਕਰ ਦੇਣਗੇ ਜੇ ਕੋਈ ਪ੍ਰਧਾਨ ਮੰਤਰੀ ਨੂੰ ਕੋਟ ਨਹੀਂ ਖਰੀਦਣਾ ਪੈਂਦਾ ਕੋਈ ਨੂਣ ਵਾਲੀ ਚਾਹ ਨਹੀਂ ਖਰੀਦਣੀ ਪੈਂਦੀ ਕੋਈ ਥਰਮੋਸ ਨਹੀਂ ਚੱਕਣੀ ਪੈਂਦੀ ਉਹ ਤਾਂ ਕਿੰਗਰੇ ਵਰਗਿਆਂ ਨੂੰ ਚੱਕਣ ਵਾਸਤੇ ਰੱਖਿਆ ਹੁੰਦਾ ਹੈਗਾ ਉਹ ਸਾਰਾ ਕੁਝ ਚੱਕ ਕੇ ਨੂਣ ਵਾਲੀ ਚਾਹ ਵੀ ਲੈ ਜਾਂਦੇ ਥਰਮੋਸ ਵੀ ਲੈ ਜਾਂਦੇ ਆ ਜੈਕਟਾਂ ਵੀ ਲੈ ਜਾਂਦੇ ਸਰ ਉੱਥੇ ਮੋਦੀ ਸਾਹਿਬ ਚਾਹ ਪੀਣ ਗਏ ਸੀਗੇ ਆਪਾਂ ਕਿਉਂ ਨਹੀਂ ਗੱਲਾਂ ਕਰੀਏ ਨੇ ਕਿੰਗਰੇ ਸਾਹਿਬ ਉੱਥੇ ਜਾਣਾ ਉੱਥੇ ਮਿਸਟਰ ਮੋਦੀ ਚਾਹ ਪੀਣ ਗਏ ਸੀਗੇ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਲੈ ਜਾਣਾ ਜੇ ਨਾ ਜਾਂਦੇ ਫਿਰ ਤੁਸੀਂ ਕਹਿੰਦੇ ਗਏ ਨਹੀਂ ਚਲੋ ਆਪਾਂ ਹੋਰ ਸਵਾਲ ਕਰ ਲੈਂਦੇ ਆ ਨੀਮੂ ਪੋਸਟ ਤੇ ਗਏ ਆ ਉਸ ਤੋਂ ਅੱਗੇ ਜਾਣਾ ਚਾਹੀਦਾ ਸੀ ਕਿਤੇ ਉਹ ਦੇਖੋ ਅੱਗੇ ਕਿੱਥੇ ਜਾਣਾ ਤੁਸੀਂ ਗਏ ਹੋ ਉਸ ਤੋਂ ਉੱਥੇ ਕਿਤੇ ਉਹ ਅੱਗੇ ਜਾਣ ਵਾਸਤੇ ਦੇਖੋ ਸਿੰਧੂ ਦਰਸ਼ਨ ਦਾ ਵੀ ਨਾਲ ਲਾ ਲਿਆ ਤਿੰਨ ਚਾਰ ਗੱਲਾਂ ਮਿਲਾ ਲਈਆਂ ਸਿੰਧੂ ਦਰਸ਼ਨ ਅਡਵਾਨੀ ਸਾਹਿਬ ਨੂੰ ਪਹਿਲੀ ਵਾਰੀ ਮੈਂ ਸੁਣਿਆ ਕਹਿੰਦੇ ਕਿ ਮੈਨੂੰ ਪਤਾ ਨਹੀਂ ਸੀ ਕਿ ਸਿੰਧ ਦਰਿਆ ਭਾਰਤ ਵਿੱਚ ਵਗਦਾ ਹੈ ਇਹ ਮੈਂ ਹਲਕੇ ਅਡਵਾਨੀ ਹੋਰਾਂ ਨੂੰ ਆ ਮੈਂ ਕਿਤੋਂ ਕੱਢੂਗਾ ਉਹਨਾਂ ਦਾ ਭਾਸ਼ਣ ਵੀ ਇੱਕ ਸਿੰਧੀ ਨੂੰ ਨਹੀਂ ਪਤਾ ਸੀ ਕਿ ਸਿੰਧ ਦਰਿਆ ਭਾਰਤ ਵਿੱਚ ਵੀ ਵਗਦਾ ਹੈ चलो तुहानू यह पता है राहुल गांधी स्टैंडिंग कमेटी दी बैठकां च क्यों नहीं जांदे ये पता है बीजेपी बार बार सवाल कर रही है मैं तुहानू दसदा पार्लीमेंट दीआं दो कमेटियां हुंदीआं एक स्टैंडिंग कमेटी हुंदी है एक कंसल्टेटिव कमेटी हुंदी है डिपार्टमेंटां दी जिहड़ी स्टैंडिंग कमेटी है ओह जिहड़ी है ओहदा जिहड़ा चेयरमैन है ओह रूलिंग पार्टी दा नहीं हुंदागा ते जिहड़ी कंसल्टेटिव कमेटी है ओहदा चेयरमैन कंसर्नड मिनिस्टर हुंदागा तो स्टैंडिंग कमेटी दे विच जे उस पार्टी दे बंदे उत्थे बैठे है ਚੇਅਰਮੈਨ ਬਣ ਕੇ ਜਾਂ ਹੋਰ ਕਿਸੇ ਅਹੁਦੇ ਦੇ ਵਿੱਚ ਤਾਂ ਐਨਡੀਏ ਦਾ ਪ੍ਰਧਾਨ ਜੇ ਉੱਥੇ ਨਹੀਂ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਤੇ ਇਸ ਕਰਕੇ ਮੈਂ ਦੇਖਿਆ ਬਹੁਤ ਸਾਰੀਆਂ ਕਮੇਟੀਆਂ ਦੇ ਵਿੱਚ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਗੌੜਾ ਸਾਹਿਬ ਹੈਗੇ ਨੇ ਕਦੇ ਨਹੀਂ ਗਏ ਸਰ ਮੈਂ ਰਾਹੁਲ ਗਾਂਧੀ ਦਾ ਸਵਾਲ ਕੀਤਾ ਸੀ ਐਨਡੀਏ ਦੇ ਪ੍ਰਧਾਨ ਦਾ ਸਵਾਲ ਨਹੀਂ ਕਰ ਰਿਹਾ ਮੈਂ ਰਾਹੁਲ ਗਾਂਧੀ ਦਾ ਸਵਾਲ ਕੀਤਾ ਸੀਗਾ ਕਿੰਗਰਾ ਸਾਹਿਬ ਤੁਸੀਂ ਇਹ ਮੰਨਦੇ ਹੋ ਕਿ ਜੇ ਸਭ ਕੁਝ ਜਿਹੜੀ ਸੱਤਾ ਧਿਰ ਦਾ ਹੁੰਦਾ ਹੈ ਇਸ ਲਈ ਵਿਰੋਧੀ ਧਿਰ ਨੂੰ ਉੱਥੇ ਜਾਣਾ ਜ਼ਰੂਰੀ ਨਹੀਂ ਗਾ ਤੁਸੀਂ ਇਹ ਮੰਨ ਕੇ ਚੱਲਦੇ ਪਏ ਹੋ ਫਿਰ ਡੈਮੋਕ੍ਰੇਸੀ ਸਰ ਸੁਣ ਲਓ ਸਰ ਕਿੰਗਰਾ ਸਾਹਿਬ ਇਹਦਾ ਮਤਲਬ ਡੈਮੋਕ੍ਰੇਸੀ ਤੁਸੀਂ ਆਪ ਕਮਜ਼ੋਰ ਕਰ ਰਹੇ ਹੋ ਫਿਰ ਮੈਂ ਤਾਂ ਡਿਬੇਟ ਵਿੱਚ ਸਵਾਲ ਹੀ ਲੈ ਕੇ ਆਉਣਾ ਚਾਹੁੰਦਾ ਸੀਗਾ
ਜਿਹੜਾ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਹੁੰਦਾ ਉਹ ਰੂਲਿੰਗ ਪਾਰਟੀ ਦਾ ਨਹੀਂ ਹੁੰਦਾਗਾ राहुल गांधी गए गए क्यों नहीं उत्थे बीजेपी सवाल कर रही है जवाब दे दो देखो 35-40 मेंबर होंगे मैं बहुत बार स्टैंडिंग कमेटी का मीटिंग अटेंड की मैं अपील भी हुआ स्टैंडिंग कमेटी के मूहरे प्रधानमंत्री साहब भी ना जाते कोई चक्कर नहीं बेसिकली प्रधानमंत्री तो चले गए कोई वड्डी गल नहीं होगी कांग्रेस भी कह रही है नहीं बेसिकली वैसे बड़े संजीदा मसले होंगे राहुल गांधी जी का सुभा रहा है वो कभी देश के इशू से सीरीयस रहे नहीं एक गलती हैगी पर चलो आप डिस्कशन होर कर रहे हैं जिड़ी जदों की मोदी सरकार आई है KP जी उदों का साडा पहला प्रयास ये रहा है भी देश दियां फौजां नूं मॉडरेट करिए मॉडर्न टैक्नोलॉजी के हथियार दईए हर तरीके मौजूदा दुनिया के जिहड़े हालात है साडी जिहड़ी फौज सक्षम है लड़न च उन्हां नूं जिहड़ी हैल्प है सहायता मॉडर्न टैक्नोलॉजी दित्ती जाए उहदे वल मोदी सरकार समय समय से कदम उठाउंदी रही है इस करके ते सवाल नहीं उठाउणा चाहीदा भी उन्होंने रशिया तो की खरीदिया ते चाहे अमरीका तो लेकिन एक गल मननी पौगी भी नहीं चुकना चाहिए कि रक्षा बजट अपना घटता जा रहा है वाता जा रहा है एक गल मननी पौगी चाइना इकनोमिक पावर है वो बहुत सारे इंटरस्ट साडे च इंडिया च हैगे आ भारत की सरकार एक एक करके उहदी जिहड़ी इकनोमिक पावर है उन्हूं की कहिंदे वाढा लाउण वाली गल है जां घटाउण वाले पासे चाहे वह कंस्ट्रक्शन कंपनियां च नवे टेंडर ना देने ऐप जिहड़े बैन कर देने कई तरह के उपराले कर रही ताकि इकनोमिकली यह भी एक स्ट्रैटजी का देश की स्ट्रैटजी का एक हिस्सा होंदा है चलो ठीक है विक्रम जी तक आखिरी सवाल फिर चर्चा समाप्त करनी है चार दिन बाद शी जिनपिंग नूं मोदी साहब की कोई भाषा समझ आई है जां सिर्फ इन्ना क समझ आया कि असी माड़ा जिहा दस दईए भी थोड़ा जिहा असी तनाव घटाउणा चाहुंदे हो वह तो वर्ल्ड लैवल ते एक परसैप्शन भी क्रिएट करनी हुंदी है विक्रमजीत आई थिंक प्रधानमंत्री जी जिहड़े नीमू गए ने उह स्ट्रैटेजिक सिग्नल जो उत्थों नीमू गया है कि अगर तुसी साडी टेरिटरी तो नहीं हटोगे तो सानू कोई चॉइस नहीं रह जाएगी बट टू यूज मिलिट्री पावर एंड हैव अ फाइट और अ लिमिटेड वॉर सो आई थिंक चाइनीज नूं सिग्नल पहुंचा है कि हुण असी इंडिया नूं मजबूर करता है कि वह वॉर ते आ जाएंगे क्योंकि अपनी टेरिटरी ते असी दे नहीं सकते सो आई थिंक दैट सिग्नल वेंट टू द चाइनीज वेरी क्लीयरली यानी कि चाइना ते दबा कम आया हाँ जी चाइना ते दबा कम आया प्रधानमंत्री उत्थे जाण दा यस इट वॉज अ स्ट्रैटेजिक सिग्नल विच द चाइनीज क्योंकि उसी दिन इफ यू नोटिस चाइना ने गल कही सीगी कि उसी दिन जिस दिन मोदी साहब उत्थे सी के वी शुड नॉट डू एनीथिंग विच विल लीड टू एस्केलेशन बिल्कुल ठीक है तो उसी दिन एक और चाइनीज स्पोक्सपर्सन ने कहा कि असी एक्सपेंशनिस्ट नहीं हैगे है ना उन्होंने दैट सेम डे ही सेड कि असी एक्सपेंशनिस्ट नहीं है उसी दिन चाइना के स्पोक्सपर्सन ने कहा कि इंडिया शुड नॉट डू अ स्ट्रैटेजिक मिसकैलकुलेशन राइट बट KP हुण सानू गल बड़ी इंपॉर्टेंट यह देखनी है कि जिहड़ा लाइन ऑफ एक्चुअल कंट्रोल है अज जिहड़ा चाइना का बयान आया उहदे विच उह फेर नहीं कह रहे कि लाइन ऑफ एक्चुअल कंट्रोल नूं असी सैटल करके डीमार्केट करांगे ठीक है सो आई थिंक इन द फ्यूचर चाइना फेर इस नूं एक्सप्लॉइट कर सकता है जिहड़ी अनडीमार्केटेड लाइन ऑफ एक्चुअल कंट्रोल हैगी आ और दूजा अगर ये टेंशन ऐजियां रहिंदियां ने फिर सानूं बहुत ज़्यादा फौज लगानी पएगी लद्दाख सिक्किम अरुणाचल फॉरवर्ड लगानी पैनी और उहदे खर्चे बड़े ने उसकी लॉजिस्टिक्स बड़ी डिफिकल्ट हैगी है क्योंकि विंटर बड़ा लंबा हैगा सप्लाईज बड़ी मुश्किल पहुंचदियां ने सो इट इज व्हाट इज कॉल्ड सियाचिनाइजेशन ऑफ द LAC व्हिच कैन हैपन सो इंडिया डजंट वांट इट के जेडी LAC है वो पाकिस्तान जिस तरह LOC बन जाए इंडिया डजंट वांट इट ठीक है बड़ा इंपॉर्टेंट पॉइंट ਤੁਸੀਂ ਸਾਂਝਾ ਕੀਤਾ ਵਿਕਰਮ ਜੀ ਬਹੁਤ ਧੰਨਵਾਦ ਤੁਹਾਡਾ ਮਾਲਵਿੰਦਰ ਕੰਗ ਤੁਹਾਡਾ ਵੀ ਬਹੁਤ ਧੰਨਵਾਦ ਹਰਜੀਤ ਸਿੰਘ ਕਿੰਗਰਾ ਤੁਹਾਡਾ ਵੀ ਬਹੁਤ ਧੰਨਵਾਦ कुल मिला के सारे सवाल इस डिबेट में रखे है इन्हों डिबेट्स तो बाद ये सब कुछ सुनने तो बाद मैंने एक चीज़ समझ आई है हो सकता तुहानू भी यही समझ आया हो चीन किन्ना लीह ते है सवाल इस दे नाल ही उठता है कि चीन ते किन्ना यकीन किया जा रहा है चीन ते अज दी दिहाड़ी अज दी तरीक पे यकीन नहीं किया जा सकता तो सानू सब नू पता होना चाहिए इसलिए ज़्यादा खुश होने की जरूरत नहीं इन्ना क सानू सोचना पवेगा कि जे नीमू पोस्ट तक प्रधानमंत्री का दौरा हो रहा तो यह चाइना नूं भी समझ आ रहा है तो जे समझ आन लग पिया तो समझ लो
कुछ ना कुछ तो होगा, पर अज भी चीन पर यकीन नहीं किया जा सकता। इस सब तो बाद जे चाइना वाले सारे हथनाक करता है, वो सब तो बाद साड़ी विदेश नीति की होगी, पाकिस्तान की कड़ी नीति होगी, चाइना नाल किहो जी नीति काम करेगी, वह जहाँ सवाल भी होगा जरूर। इस सब के नाल सवाल यह भी आएगा कि जिहड़ा असी वार वार कह रहे डिजिटल स्ट्राइक के नाल इकनोमिक स्ट्राइक की गल हो रही है, उस सब के लिए जिहड़े इत्थे वार वार नारे दिते जा रहे हैं विस्तारवाद के खिलाफ, विकासवाद वाला, तो जिहड़ा मेक इन इंडिया वाला नारा दिता जा रहा, आत्मनिर्भर वाला दिता जा रहा, वो जमीन पर किन्ना उतरेगा? तो सवाल चीन का, तो जमीन का। बहुत धन्यवाद।